ਇੱਕ ਇਤਿਹਾਸ ਦੇ ਪੰਨਿਆਂ 'ਚੋਂ ਇਹ ਅਸੀਂ ਲੜੀਵਾਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਜ ਜਿਹਦੇ ਵਿੱਚ ਹਿਸਟਰੀ ਦੇ ਪ੍ਰੋਫੈਸਰ ਕਸ਼ਮੀਰ ਸਿੰਘ ਜੀ ਆ ਕੇ ਸਾਨੂੰ ਇਸ ਦੇ ਵਕਤ ਵਕਤ ਪਹਿਲੂ ਸਮਝਾਉਂਦੇ ਨੇ ਹੁਣ ਤੱਕ ਕਾਫੀ ਲੰਬੇ ਚੈਪਟਰ ਸੰ ਜਿਹੜੇ ਖਤਮ ਹੋਏ ਨੇ ਲੇਕਿਨ ਅੱਜ ਜਿਹੜੀ ਗੱਲਬਾਤ ਚਲੇਗੀ ਉਹ ਚਲੇਗੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਤੋਂ ਬਾਅਦ ਜਾਂ ਹਮਲਿਆਂ ਦੇ ਦੌਰਾਨ ਸਿੱਖਾਂ ਨੇ ਜਦੋਂ ਅਬਦਾਲੀ ਲੁੱਟ ਕੇ ਜਾਂਦਾ ਤੇ ਉਹਨੂੰ ਲੁੱਟ ਲੈਂਦੇ ਫਿਰ ਉਹ ਗਰੀਲਾ ਯੁੱਧ ਕਰਦੇ ਤੇ ਜੰਗਲਾਂ 'ਚ ਜਾਲ ਲੁਕਦੇ ਇਹਨਾਂ ਹਮਲਿਆਂ ਨੂੰ ناکਾਮ ਕਰਨ ਲਈ ਜਾਂ ਅਹਿਮਦ ਸ਼ਾਹ ਅਬਦਾਲੀ ਤੋਂ ਲੁੱਟਦਾ ਮਾਲ ਆਪ ਲੁੱਟ ਲੈਣਾ ਇਸ ਕਰਕੇ ਫਿਰ ਹੌਸਤਾ ਹੌਸਤਾ ਅਹਿਮਦ ਸ਼ਾਹ ਅਬਦਾਲੀ ਉਹਨੂੰ ਹਟ ਗਿਆ ਮਿਸਲਾਂ ਕਾਇਮ ਸੰ ਸਿੱਖਾਂ ਦੀਆਂ ਮਿਸਲਾਂ 11+1 12 ਮਿਸਲਾਂ ਨੇ ਬਾਅਦ ਦੇ ਵਿੱਚ ਫਿਰ ਕੀ ਰੰਗ ਬਟਾਇਆ ਮਹਾਰਾਜਾ ਰਣਜੀਤ ਸਿੰਘ ਲਈ ਇਸ ਤਰੀਕੇ ਨਾਲ ਭੋਏ ਵੱਤਰ ਹੋਈ ਕਿ ਉਹ ਰਾਜ ਭਾਗ ਤੇ ਬੈਠ ਸਕਣ ਤੇ ਪੰਜਾਬ ਦਾ ਰਾਜ ਇੱਕ ਵੱਡਾ ਰਾਜ ਕਰਕੇ ਉਸ ਦੇ ਉੱਤੇ ਕਾਬੂ ਪਾ ਸਕਣ ਤੇ ਉਸ ਸਿੰਘਾਸਨ ਤੇ ਬੈਠ ਸਕਣ ਇਸ ਦੇ ਬਾਰੇ ਅੱਜ ਗੱਲਬਾਤ ਚੱਲਣ ਵਾਲੀ ਹੈ ਫਰਸਬ ਸਾਡੇ ਸਟੂਡੀਓਜ਼ ਦੇ ਵਿੱਚ ਨੇ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਇੱਕ ਜਿਹੜਾ ਆਪਣਾ ਪਰਪਸ ਹੈਗਾ ਇਸ ਇਹ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਉਹ ਪਰਪਸ ਆਪਣਾ ਇਹ ਹੈਗਾ ਕਿ ਆਪਣੇ ਸੁਣਨ ਵਾਲਿਆਂ ਨੂੰ ਇਹ ਪੱਖਬੀ ਦਿਖਾ ਲਈਏ ਜਿਹੜਾ ਕਿ ਬਹੁਤੇ ਇਤਿਹਾਸਕਾਰ ਜਾਂ ਵਿਦਵਾਨ ਲੋਕਾਂ ਨੂੰ ਬਹੁਤ ਘੱਟ ਦੱਸਦੇ ਆ ਜਾਂ ਦੱਸਦੇ ਹੀ ਨਹੀਂ ਉਹ ਹੀ ਕਹਿੰਦੇ ਆ ਜੀ ਇੱਕ ਧਾਰਮਿਕ ਲੜਾਈ ਸੀ ਸਿੱਖਾਂ ਦੀ ਤਾਂ ਮੁਸਲਮਾਨਾਂ ਦੀ ਲੜਾਈ ਸੀਗੀ ਉਹਦੇ ਵਿੱਚ ਜਾ ਕੇ ਮਕਰੋ ਮੁਸਲਮਾਨ ਹਾਰ ਗਏ ਸਿੱਖ ਜਿਹੜੇ ਹੈਗੇ ਜਿੱਤ ਗਏ ਇਹ ਲੜਾਈ ਸੀ ਅਸੀਂ ਇਹਨਾਂ ਨੂੰ ਦੱਸਿਆ ਭਈ ਇਹ ਲੜਾਈ ਧਾਰਮਿਕ ਲੜਾਈ ਨਹੀਂ ਸੀ ਇਹ ਇਹ ਜਿਹੜੀ ਮੁਸਲਮਾਨਾਂ ਨੂੰ ਸਿੱਖ ਬਣਾਉਣ ਦੀ ਲੜਾਈ ਨਹੀਂ ਸੀ ਇਹ ਜਾਂ ਉਹਨਾਂ ਜਾਂ ਉਹਨਾਂ ਨੂੰ ਉਹਨਾਂ ਦੀ ਬਣਾਉਣ ਦੀ ਲੜਾਈ ਨਹੀਂ ਸੀ ਨਹੀਂ ਪਿਛਲੀ ਵਾਰੀ ਤੁਸੀਂ ਦੱਸਿਆ ਸੀ ਬਈ ਇੱਕ Hindu ਮੰਦਰ ਨੂੰ Hindu ਮਰਹਟਿਆਂ ਨੇ ਲੁੱਟ ਲਿਆ ਮਰਹਟਿਆਂ ਨੇ ਲੁੱਟ ਲਿਆ ਔਰ ਇੱਕ ਮੁਸਲਮਾਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਜਾ ਕੇ ਫੜਿਆ ਜਾਏ ਉਹਨਾਂ ਜਾ ਕੇ ਫੜਿਆ ਗਿਆ ਸੋ ਇਹ ਪੰਜਾਬ ਦੇ ਵਿੱਚ ਵੀ ਆ ਆ ਕਰਨਾਟਕਾ ਦੀ ਗੱਲ ਤੁਸੀਂ ਮੈਸੂਰ ਦੀ ਕੀਤੀ ਹੈ ਟੀਪੂ ਸੁਲਤਾਨ ਵਾਲੀ ਪਰ ਪੰਜਾਬ ਦੇ ਵਿੱਚ ਵੀ ਇਹ ਲੜਾਈ ਜਿਹੜੀ ਧਾਰਮਿਕ ਲੜਾਈ ਨਹੀਂ ਹੈ ਹੁਣ ਮੈਂ ਕਲੀਅਰ ਕਰ ਦਵਾਂ ਜਾ ਕੇ ਕਿ ਸਿੱਖ ਮੁਸਲਮਾਨ ਨੂੰ ਇਸ ਕਰਕੇ ਦਬਾਇਆ ਨਹੀਂ ਸੀ ਜਾਂਦਾ ਪਈ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਹੇ ਸੀ ਉਹਨਾਂ ਨੂੰ ਇਸ ਕਰਕੇ ਦਬਾਇਆ ਜਾਂਦਾ ਜਾਂਦਾ ਸੀ ਕਿ ਉਹ ਸਟੇਟ ਦੇ ਖਿਲਾਫ ਬਗਾਵਤ ਕਰਦੇ ਸੀ ਕੀ ਇਹ ਗੱਲ ਸੱਚੀ ਹੈ ਵੀ ਮਿਸਲਾਂ ਦੇ ਵਿੱਚ ਕਈ ਮੁਸਲਮਾਨ ਵੀ ਸੀ ਬਿਲਕੁਲ ਸੀਗੇ ਜੀ ਬਿਲਕੁਲ ਜਿਹੜੇ ਸੋਲ ਲੜਦੇ ਸੀਗੇ ਮੁਸਲਮਾਨਾਂ ਦੇ ਜਵਾਨ ਮੁੰਡੇ ਵੀ ਉੱਠ ਕੇ ਜਿਨ੍ਹਾਂ ਨੇ ਜ਼ਮੀਨਾਂ ਕਬਜ਼ੇ ਵਿੱਚ ਕੀਤੀਆਂ ਸੀ ਔਰ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ ਸੀ ਜਿਨ੍ਹਾਂ ਦੀਆਂ ਬਹੁ-ਬੇਟੀਆਂ ਨੂੰ ਬਾਹਰ ਲਿਆ ਕੇ ਲਿਜਾਂਦੇ ਸੀ ਔਰ ਲੜਦੇ ਸੀ ਵਿੱਚ ਆ ਕੇ ਨਾਲ ਲੜਦੇ ਸੀ ਤੰਸਾ ਇਸੇ ਕਰਕੇ ਮੈਂ ਕਿਹਾ ਸੀਗਾ ਪੇ ਸਾਰੀ 6 7% ਜਿਹੜੀ ਪੋਪੂਲੇਸ਼ਨ ਆ ਉਹ ਲੀਡ ਕਰ ਰਹੀ ਹੈ 92 94% ਪੋਪੂਲੇਸ਼ਨ ਨੂੰ ਕਿਉਂ ਕੋ ਲੋਕਾਂ ਦਾ ਕਾਸ ਲੜ ਰਹੇ ਸੀ ਉਹ ਆਪਣਾ ਧਰਮ ਨਾ ਸੀ ਬਲਾਉਣ ਦੇ ਸਿੱਖ ਮਿਸਲਾਂ ਨੇ ਆਪਣੇ ਟਾਈਮ ਦੇ ਵਿੱਚ ਇੱਕ ਬੰਦੇ ਨੂੰ ਵੀ ਜ਼ਬਰਦਸਤੀ ਧਰਮ ਨਹੀਂ ਉਹਦਾ ਚੇਂਜ ਕਰਵਾਇਆ ਪੇ ਤੂੰ ਸਿੱਖ ਬਣ ਜਾਇਆਗੇ ਕੋਈ ਕਿਸੇ ਨੂੰ ਦੀ ਸਿੱਖ ਨਹੀਂ ਬਣਾਇਆ ਗਿਆ ਜ਼ਬਰਦਸਤੀ ਜਿਹੜਾ ਜਾਂ ਆਪਣੇ ਆਪ ਕੋਈ ਬਣ ਗਿਆ ਹੋਊਗਾ ਤੋ ਜੁਦੀ ਜੁਦੀ ਗੱਲ ਹੈ ਪਰ ਇਹ ਲੜਾਈ ਇਸ ਕਰਕੇ ਨਹੀਂ ਸੀ ਸਿੱਖਾਂ ਨੂੰ ਵੀ ਇਸ ਕਰਕੇ ਨਹੀਂ ਸੀ ਦਵਾਇਆ ਜਾਂਦਾ ਔਰ ਸਿੱਖ ਲੜ ਮਿਸਲਾਂ ਦੇ ਵਿੱਚ ਇਹ ਗੱਲ ਵੀ ਸੱਚੀ ਆ ਕੀ ਐਂਟਰੀ ਬੜੀ ਆਸਾਨ ਸੀ ਜੇ ਤੁਹਾਡੇ ਕੋ ਘੋੜਾ ਤੇ ਤੁਹਾਡੇ ਕੋ ਬਰਸ਼ਾ ਤੁਸੀਂ ਮੈਂਬਰ ਬਣ ਸਕਦੇ ਮੈਂਬਰ ਬਣ ਸਕਦੇ ਹੋ ਔਰ ਲੜ ਸਕਦੇ ਹੋ ਔਰ ਨਾਲ ਇਹ ਸ਼ਰਤ ਹੈ ਵੀ ਤੁਸੀਂ ਵੀ ਲੜਨ ਦੇ ਤਿਆਰ ਹੋ ਹੁਣ ਇਹ ਜਿਹੜੀ ਲੜਾਈ ਸੀ ਜਿੱਦਾਂ ਆਪਾਂ ਪਹਿਲਾਂ ਕਰਕੇ ਹੁਣ ਸ਼ੁਰੂ ਕਰਨ ਤੋਂ ਪਹਿਲਾਂ ਹਾਂ ਕਰ ਲਈ ਗੱਲ ਇਹ ਜਿਹੜੀ ਲੜਾਈ ਆ ਜ਼ੁਲਮ ਦੇ ਖਿਲਾਫ ਸ਼ੁਰੂ ਹੁੰਦੀ ਆ ਮਜ਼ਾਰਿਆਂ ਦੀ ਲੜਾਈ ਦੇ ਵਿੱਚ ਬਦਲ ਜਾਂਦੀ ਆ ਜਿਸ ਵੇਲੇ ਜਾ ਕੇ ਇਹ ਬੰਦੇ ਜਿਹੜੇ ਮਜ਼ਾਰਿਆਂ ਨੂੰ ਜ਼ਮੀਨਾਂ ਤੋਂ ਦੌੜੀਆਂ ਉੱਥੋਂ ਬਦਲਦੀ ਬਦਲੀ ਇਹ ਚੰਗੀ ਆਜ਼ਾਦੀ ਵਿੱਚ ਬਦਲ ਜਾਂਦੀ ਆ ਜੀ ਹੁਣ 1748 ਦਾ ਜਿਹੜਾ ਇਹ ਸਰਵਤ ਖਾਲਸਾ ਹੋਇਆ ਉਹਦੇ ਵਿੱਚ ਕਲੀਅਰ ਕਰਤੇ ਹੋ ਗਿਆ ਪੂਰੀ ਕੰਪਲੀਟ ਇੰਡੀਪੈਂਡੈਂਸ ਕਿ ਹੁਣ ਰਾਜ ਸਭਾ ਕਾਇਮ ਕਰਨੀ ਹੈ ਹੁਣ ਇਹ ਤਾਂ ਨਾ ਰਹਿ ਜ਼ੁਲਮ ਵਾਲੀ ਗੱਲ ਇੱਥੇ ਰਹਿ ਗਈ ਆ ਤੇ ਨਾ ਹੁਣ ਰਹਿ ਗਈ ਆ ਕਿ ਮਜਾਰਿਆਂ ਦੀ ਗੱਲ ਹੁਣ ਤਾਂ ਆਜ਼ਾਦੀ ਲੈਣੀ ਸੋ ਇਹ ਜੰਗੇ ਆਜ਼ਾਦੀ ਸੀ ਪੰਜਾਬ ਦੀ ਜਿਹਦੀ ਆਪਾਂ ਗੱਲ ਕਰ ਰਹੇ ਆ ਇਹ ਬਹੁਤ ਘੱਟ ਗੱਲ ਕਰਦੇ ਆ ਜਾ ਕੇ ਇਤਿਹਾਸਕਾਰ ਵੀ ਘੱਟ ਕਰ ਆਈ ਡੋਟ ਨੋ ਉਹਨਾਂ ਦਾ ਰੀਜ਼ਨ ਕੀ ਆ ਬਸ ਇਹ ਮੁਸਲਮਾਨ ਸਿੱਖ ਮੁਸਲਮਾਨ ਸਿੱਖ ਲੜਦੇ ਇਹਨੂੰ ਇਹਨੂੰ ਬਣਾਈ ਜਾਂਦੇ ਆ ਹਾਲਾਂਕਿ ਆਪਾਂ ਇਹਨਾਂ ਪ੍ਰੋਗਰਾਮਾਂ 'ਚ ਦੱਸ ਦਿੰਦੇ ਆ ਭਈ ਉਹ ਜਿਹੜੇ ਸੁਭੇਗ ਸਿੰਘ ਆਰਗੇ ਜਿਹੜੇ ਬੰਦੇ ਸੀਗੇ ਉਹ ਲਾਹੌਰ ਦੇ कोतवाल ਲਾਇਓ ਸੀਗੇ ਜ਼ਕਰੀਆ ਖਾਨ ਨੇ ਪੇਛੇ ਸੀ ਇਹ ਇਹ ਸੀ ਗੱਲ ਫਿਰ ਐਨੀਵੇ ਇਹ ਤਾਂ ਦੂਜੀ ਗੱਲ ਹੋ ਗਈ ਹੁਣ ਆਪਾਂ ਇੱਥੇ ਆਉਣੇ ਆ ਤੇ ਇਹਦੀ ਇਹਦੀ ਨੇਚਰ ਤਾਂ ਇਹੀ ਸੀ ਕਿ ਇਹ ਜੰਗੇ ਆਜ਼ਾਦੀ ਸੀਗੀ ਇਹ ਜਿਹੜੀ ਸੀਗੀ ਪੰਜਾਬ ਦੀ ਆਜ਼ਾਦੀ ਦੇ ਲਈ ਲੜਾਈ ਹੋ ਰਹੀ ਸੀ ਜਿਹਦੇ ਵਿੱਚ ਪੰਜਾਬ ਦੀਆਂ ਤਿੰਨੇ ਹੀ ਕਮਿਊਨਿਟੀਆਂ ਰਲ ਕੇ ਲੜ ਰਹੀਆਂ ਸੀਗੀਆਂ ਜਿਹਦੀ ਲੀਡਰਸ਼ਿਪ ਸਿੱਖ ਮਿਸਲਾਂ ਦੇ ਹੱਥ ਵਿੱਚ ਸੀਗੀ ਪਰ ਇਹ ਜਿਹੜੀ ਆਜ਼ਾਦੀ ਦੀ ਜੰਗ ਸੀ ਇਹ ਵਿਰੁੱਧ ਤਾਂ ਮੁਗਲਾਂ ਦੇ ਹੀ ਸੀ ਉਸ ਵੇਲੇ ਥਿੰਦ ਸਾਹਿਬ ਇਹ ਇਹ ਮੈਂ ਤੁਹਾਨੂੰ ਦੱਸਦਾ ਕਿਦਾਂ ਸੀ ਇਹ ਹੁਣ ਆਪਾਂ ਜਿੱਦਾਂ ਇਹਦੇ ਕੀਤਾ ਇਹ ਉਹ ਜਿਹੜੇ ਮੁਗਲਾਂ ਦੇ ਵਿਰੁੱਧ ਵੀ ਸੀਗੀ ਜਾਂ ਕੇ ਇਹ ਫਿਰ ਅਫਗਾਨਾਂ ਦੇ ਵਿਰੁੱਧ ਵੀ ਸੀਗੀ ਜਾਂ ਕੇ ਇਹ ਮਰਾਠਿਆਂ ਦੇ ਵਿਰੁੱਧ ਵੀ ਸੀਗੀ ਮੈਂ ਤੁਹਾਨੂੰ ਦੱਸ ਦਾਂ ਗੱਲ ਜਾਂ ਕੇ ਅੱਛਾ ਹੁਣ ਪੰਜਾਬ ਦੇ ਵਿੱਚ ਉਸ ਵੇਲੇ ਚਾਰ ਸ਼ਕਤੀਆਂ ਸੀਗੀਆਂ ਜਿਹੜੀਆਂ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੇ ਲਈ ਇੱਕ ਜ਼ੋਰ ਲਾ ਰਹੀਆਂ ਸੀ ਨੰਬਰ 1 ਤਾਂ ਮੁਗਲ ਸੇ ਜਿਹੜੇ ਸੀਗੇ ਰਾਜ ਕਰਦੇ ਪਹਿਲਾਂ ਸੀਗੇ ਜੱਗੇ ਨੰਬਰ 2 ਤੇ ਅਫਗਾਨ ਸੀਗੇ ਜਿਹੜੇ ਆਉਂਦੇ ਆ ਉੱਥੇ ਅਹਿਮਦ ਸ਼ਾਹ ਅਬਦਾਲੀ ਵਾਲਾ ਗਰੁੱਪ ਜਿਹੜਾ ਸੀਗਾ ਉਹ ਆ ਕੇ ਹਮਲਾ ਕਰ ਕਰਦਾ ਸੀਗਾ ਤੀਜੇ ਮਰਾਠੇ ਸੀ ਜਿਹੜਾ ਨੇ ਗੱਲ ਬਹੁਤ ਘੱਟ ਕਰਦੇ ਆ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਸਰ ਮਰਾਠਿਆਂ ਦੀ ਇਨੀ ਪਾਵਰ ਵੱਧ ਗਈ ਸੀ ਕਿ ਜਾ ਕੇ ਉਦੋਂ 18ਵੀਂ ਸਦੀ ਵਿੱਚ ਪੇ ਦਿੱਲੀ ਦਾ ਬਾਦਸ਼ਾਹ ਉਹਨਾਂ ਦੀ ਮਰਜ਼ੀ ਨਾ ਲੱਗਦਾ ਸੀ ਉਹਨਾਂ ਦਿੱਲੀ ਦਾ ਬਾਦਸ਼ਾਹ ਜਿਹੜਾ ਹੈਗਾ ਉਹਨਾਂ ਦੀ ਈਨ ਭਰਦਾ ਸੀ ਉਹ ਜੋ ਕਹਿੰਦੇ ਸੀ ਉਦਾਂ ਕਰਦੇ ਸੀ ਜਿਹਨੂੰ ਉਹ ਸਪੋਰਟ ਦਿੰਦੇ ਸੇ ਉੱਥੋਂ ਤੁਰੋ ਉੱਥੋਂ ਤੁਰ ਕੇ ਆ ਕੇ ਮਰਾਠਿਆਂ ਨੇ ਪੰਜਾਬ ਦੇ ਵਿੱਚ ਆ ਕੇ ਇੰਨਾ ਦਖਲ ਕੀਤਾ ਪੇ ਪੰਜਾਬ ਦੇ ਵਿੱਚ ਉਹਨੇ ਆਪਣਾ ਗਵਰਨਰ ਬਣਾਇਆ ਲਿਆ ਕੇ ਹਮ ਹਮ ਤੁਸੀਂ ਯਾਦ ਹੋਣੀ ਅਦੀਨਾ ਬੇਗ ਨੂੰ ਉਹ ਨਹੀਂ ਬਣਾਇਆ ਸੀਗਾ ਯਾਰ ਮਰਹੱਟਿਆਂ ਨੇ ਪੰਜਾਬ ਦੇ ਵਿੱਚ ਆਪਣਾ ਗਵਰਨਰ ਬਣਾ ਲਿਆ ਸੀਗਾ ਨਾ ਅਬਦਾਲੀ ਦਾ ਕੁਮਾਰ ਦਾ ਵੀ ਕੱਢ ਦਿੱਤਾ ਮੁਗਲਾਂ ਦੇ ਵੀ ਕੱਢ ਦਿੱਤੇ ਬਾਕੀ ਸਿੱਖਾਂ ਦਾ ਵੀ ਤਾਂ ਉਸ ਵੇਲੇ ਹੈਗਾ ਸੀ ਰੋਲ ਜਾ ਕੇ ਸੋ ਅਦੀਨਾ ਬੇਗ ਨੂੰ ਆਪਣਾ ਗਵਰਨਰ ਬਣਾਇਆ ਇਹ ਤੋਂ ਅੱਗੇ ਹੋਰ ਆ ਜਾਓ 1758 ਦੇ ਵਿੱਚ ਮੇਰਾ ਖਿਆਲ ਮਈ ਦੇ ਮਹੀਨੇ ਦੀ ਗੱਲ ਹੈ ਜੀ ਮੈਨੂੰ ਡੇਟ ਵੀ ਯਾਦ ਆ ਪਸ਼ਾਵਰ ਦੇ ਵਿੱਚ ਮਰਹੱਟੇ ਲੜੇ ਅਫਗਾਨਾਂ ਦੇ ਨਾਲ ਪਸ਼ਾਵਰ ਚ ਜਾ ਕੇ ਔਰ ਉਹ ਨਹੀਂ ਹਰਾਏ ਪਸ਼ਾਵਰ ਦੇ ਵਿੱਚ ਮਰਹੱਟੇ ਸੋ ਮਰਹੱਟਾ ਇਨਫਲੂਐਂਸ ਇੰਨਾ ਵੱਧ ਗਿਆ ਸੀਗਾ ਸੋ ਤਿੰਨ ਪਾਵਰਾਂ ਹੋ ਗਈਆਂ ਜੀ ਚੌਥੀ ਪਾਵਰ ਮਿਸਲਾਂ ਦੀ ਪਾਵਰ ਸੀ ਹੁਣ ਇਹਨਾਂ ਚ ਚੋਹਾਂ ਪਾਵਰਾਂ ਦੇ ਵਿੱਚੋਂ ਪਾਵਰ ਮਗਰੋਂ ਲੈ ਕੇ ਮਿਸਲ ਕੱਢ ਕੇ ਪੰਜਾਬ ਦੇ ਉੱਤੇ ਲਿਬ੍ਰੇਟ ਕਰਾਇਆ ਮਿਸਲਾਂ ਨੇ ਹਮ ਹੁਣ ਇਹਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਜਾਂ ਕਹ ਲਓ ਪੰਜਾਬ ਨੂੰ ਨਹੀਂ ਲਿਬ੍ਰੇਟ ਜਿਹਦੀ ਲੀਡਰਸ਼ਿਪ ਸਿੱਖਾਂ ਦੇ ਕੋਲੇ ਸੀ ਜਿਹਦੀ ਲੀਡਰਸ਼ਿਪ 100% ਸਿੱਖਾਂ ਦੇ ਕੋਲ ਸੀ ਔਰ ਦੂਜੇ ਪਾਸੇ ਜਿਹੜੇ ਬਾਕੀ ਇਤਿਹਾਸਕਾਰ ਨੇ ਜਿਨ੍ਹਾਂ ਨੂੰ ਤੁਸੀਂ ਕੰਡੈਮਨ ਕਰ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਗਲਤ ਗੱਲ ਦੱਸ ਰਹੇ ਨੇ ਜੇ ਮੁਗਲ ਸੀ ਇੱਕ ਉਹ ਸ਼ਕਤੀ ਇੱਕ ਜਿਹੜੀ ਪਾਵਰ ਗਰੁੱਪ ਸੀ ਉਹ ਮੁਗਲ ਸੀ ਦੂਜਾ ਸੀ ਅਫਗਾਨਿਸਤਾਨ ਦਾ ਸੀ ਦੋਨੇ ਹੀ ਮੁਸਲਮਾਨ ਗਰੁੱਪ ਨਾ ਥੇਨ ਸਾਹਿਬ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਨਹੀਂ ਨਹੀਂ ਠੀਕ ਹੈ ਉਹਨਾਂ ਦੇ ਜਿਹੜੇ ਬਾਦਸ਼ਾਹ ਸੀਗੇ ਉਹਨਾਂ ਦਾ ਮਜ਼ਹਬ ਮੁਸਲਮਾਨ ਸੀ ਉਹਨਾਂ ਦਾ ਮਰਹੱਤੇ ਜਿਹੜੇ ਸੀਗੇ ਉਹਨਾਂ ਦਾ ਮਜ਼ਹਬ ਹਿੰਦੂ ਸੀ ਠੀਕ ਹੈ ਨਾ ਸੈਕੂਲਰ ਲੀਡਰਸ਼ਿਪ ਦਾ ਮਜ਼ਹਬ ਸਿੱਖ ਸੀ ਪਰ ਇਹ ਲੈਣਾ ਈ ਦੰਦ ਨਹੀਂ ਰਹਿ ਜਾ ਕੇ ਉਹਦਾ ਜਿਹੜਾ ਸੀ ਪਾਵਰ ਲੀਡਰਸ਼ਿਪ ਇਦਾਂ ਸੀ ਹੁਣ ਅਸੀਂ ਆਉਨੇ ਆ ਐਮ ਅਸ਼ਾਬਦਾਲੀ ਤੇ ਥੇਨ ਸਾਹਿਬ ਐਮ ਅਸ਼ਾਬਦਾਲੀ ਜਿਹੜਾ ਆਪਾਂ ਕਹਿ ਸਕਦੇ ਹਾਂ ਅਫਗਾਨਿਸਤਾਨ ਦਾ ਜਨਮਦਾਤਾ ਜਿਹਨ ਅਫਗਾਨਿਸਤਾਨ ਨੂੰ ਵਜੂਦ ਦੇ ਵਿੱਚ ਲਿਆਂਦਾ 1747 ਦੇ ਵਿੱਚ ਬਿਲਕੁਲ ਔਰ ਏਸ਼ੀਆ ਦਾ ਵਨ ਆਫ ਦੀ ਬੈਸਟ ਜਨਰਲ ਜਿਹੜਾ ਸੀ ਜਿਹਦਾ ਜਿਹੜਾ ਤਰਥਲੀਆਂ ਪਾਉਂਦਾ ਸੀ ਤੇ ਥਿੰਸ ਸਾਹਿਬ ਜਦੋਂ ਆਪਣੇ ਅਹਿਮਦ ਅਹਿਮਦ ਸ਼ਾਹ ਅਬਦਾਲੀ ਦਾ ਜੰਗਜੂਆਂ ਦਾ ਲਸ਼ਕਰ ਜਿਹੜਾ ਸੀ ਕਾਬਲ ਤੋਂ ਤੁਰਦਾ ਸੀਗਾ ਤਾਂ ਉਸ ਵੇਲੇ ਪਸ਼ਾਵਰ ਕਿਹਾ ਲਾਹੌਰ ਕਿਹਾ ਦਿੱਲੀ ਕਿਹਾ ਦੱਖਣ ਤੱਕ ਭਜੜਨਾ ਪੈ ਜਣੀ ਸੀ ਅਸੀਂ ਜਾ ਕੇ ਅੱਛਾ ਤੇ ਅਬਦਾਲੀ ਤੁਰ ਪਿਆ ਉਹ ਤੋਂ ਜਦੋਂ ਜਦੋਂ ਪਤਾ ਲੱਗਦਾ ਸੀ ਵੀ ਅਬਦਾਲੀ ਤੁਰ ਪਿਆ ਸਾਰੇ ਭੱਜਣਾ ਪੈ ਜਾਂਦੇ ਸੀ ਐਨਾ ਉਸ ਦਾ ਟੈਰਰ ਸੀ ਦੇਸ਼ ਤੋਂ ਨਹੀਂ ਸੀ ਅਬਦਾਲੀ ਦੀ ਵੀ ਅਬਦਾਲੀ ਦੇ ਸਾਹਮਣੇ ਸਾਰੇ ਛੱਡ ਜਾਂਦੇ ਸੀ ਬਹੁਤੇ ਤਾਂ ਉਦੋਂ ਹੀ ਕਹਿੰਦੇ ਲੜਦੇ ਲੜਦੇ ਨਹੀਂ ਸੀ ਉਦੋਂ ਨਾਲ ਰਹਤੇ ਜਾਂਦੇ ਸੀਗੇ ਔਰ ਆਪਣੇ ਜਿਹੜੇ ਸਿੱਖ ਮਿਸਲਾਂ ਸੀ ਇਹ ਵੀ ਆਪਣਿਆਂ ਨੂੰ ਲੈ ਕੇ ਜੰਗਲਾਂ 'ਚ ਟੋੜ ਜਾਂਦੇ ਹੁੰਦੇ ਸੀ ਜੰਗਲਾਂ 'ਚ ਆਪਣੇ ਸਾਰੇ ਸੋਲਜਰ ਜਿੰਨੇ ਸੀ ਉਹਨਾਂ ਨੂੰ ਲੈ ਕੇ ਜੰਗਲਾਂ 'ਚ ਚੱਲ ਜਾਣਾ ਪਿਆ ਅਹਿਮ ਸ਼ਾਹ ਅਬਦਾਲੀ ਆ ਗਿਆ ਅਹਿਮ ਸ਼ਾਹ ਅਬਦਾਲੀ ਆ ਗਿਆ ਕੀ ਉਹਨੂੰ ਕਹਿੰਦੇ ਹੁੰਦੇ ਇੱਕ ਹੰਦਾ ਪੀਤਾ ਲੈਦਾ ਇੱਕ ਇਤਿਹਾਸਕਾਰ ਨੇ ਵੀ ਲਿਖਿਆ ਕਹਿੰਦਾ ਜਿਵੇਂ ਹਰਦੇ ਪਾਣੀ ਅਗੇ ਕਾ ਫੂਸ ਉੱਡ ਜਾਂਦਾ ਉੱਡਦੇ ਜਾਂਦੇ ਸੀ ਜਿਵੇਂ ਤਰਪਿਆ ਸੀ ਉਹ ਨੂੰ ਪਤਾ ਸੀ ਵੀ ਨਹੀਂ ਨੂੰ ਖੜਨਾ ਕਿਸੇ ਨੇ ਨਹੀਂ ਸੋ ਐਡਾ ਵੱਡਾ ਜਨਰਲ ਜਿਹੜਾ ਸੀ ਐਡੀ ਜਿਹੜੀ ਦਹਿਸ਼ਤ ਸੀਗੀ ਜਾ ਕੇ ਉਹ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦੇ ਹੱਥੋਂ ਕਿਦਾਂ ਹਾਰ ਗਿਆ ਜਾ ਠੀਕ ਹੈ ਜੀ ਉਹਦੇ ਹਾਰਨ ਦੇ ਕਾਰਨ ਆਪਾਂ ਵੀ ਦੇਖਣੇ ਆ ਜੀ ਤੇ ਹਾਰਨ ਦੇ ਕਾਰਨ ਪਹਿਲਾਂ ਤਾਂ ਕੁਛ ਕਾਰਨ ਮੈਂ ਤੁਹਾਨੂੰ ਦੱਸਦਾ ਇਤਿਹਾਸ ਦੇ ਵਿੱਚ ਆ ਇਤਿਹਾਸ ਕਈ ਵਾਰ ਹੋਰ ਤਰ੍ਹਾਂ ਚੱਲਦਾ ਉਦੋਂ ਮੈਂ ਤੁਹਾਨੂੰ ਦੱਸਦਾ ਸਭ ਤੋਂ ਵੱਡਾ ਜਿਹੜਾ ਕਾਰਨ ਇੱਕ ਸੀ ਕਹਿੰਦਾ ਜੀ ਉਹ ਸੀਗਾ ਵੀ ਅਬਦਾਲੀ ਇੰਟਰਸਟਿਡ ਇਨ ਅਸੀਂ ਹੈਂਡਿਆ ਤੇ ਰਾਜ ਕਰਨ ਅੱਛਾ ਜੀ ਉਹ ਉਹ ਲੁੱਟ ਮਾਰ ਚ ਇੰਟਰਸਟਿਡ ਸੀ ਉਹਦਾ ਮਾਲ ਸੀ ਵੀ ਇਥੋਂ ਲੁੱਟ ਲਓ ਪੈਸੇ ਪੁਸੇ ਲੈ ਜਾਓ ਪੈਸੇ ਪੁਸੇ ਉਹਦਾ ਮੇਨ ਇੰਟਰਸਟ ਜਿਹੜਾ ਉਹ ਸੀਗਾ ਇਹ ਕਾਬਲ ਹੂੰ ਉਹ ਇਦਾਂ ਬਾਬਰ ਵਾਂਗ ਛੱਡ ਕੇ ਇੱਥੇ ਰਾਜ ਨਹੀਂ ਕਰਨਾ ਚਾਹੁੰਦਾ ਉਹ ਮਹਿਮੂਦ ਗਜ਼ਨਵੀ ਵਾਂਗ ਲੁੱਟ ਕੇ ਜਾਣਾ ਚਾਹੁੰਦਾ ਉਹ ਜਾਈ ਜਾ ਕੇ ਵੀ ਜਿੰਨਾ ਇਥੋਂ ਲੁੱਟ ਕੇ ਲੈ ਜਾਓ ਲੈ ਜਾਓ ਬਾਕੀ ਠੀਕ ਹੈ ਕਾਬਲ ਚ ਰਹੋ ਆਪਣਾ ਗਵਰਨਰ ਬਣਾ ਲਿਓ ਪਰ ਕਾਬਲ ਨੂੰ ਠੀਕ ਰੱਖੋ ਸੋ ਇੱਕ ਤਾਂ ਬੜਾ ਇੰਟਰਸਟ ਸੀ ਵੀ ਉਹਦਾ ਇੰਟਰਸਟ ਨਹੀਂ ਹੈ ਇਹ ਦੇ ਵਿੱਚ ਦੂਜਾ ਕਾਰਨ ਇਹ ਸੀ ਕਿ ਉਹ ਕਾਬਲ ਪੀਸਫੁਲ ਨਹੀਂ ਰਹਿੰਦਾ ਜਦੋਂ ਛੱਡਦਾ ਸੀ ਇਹ ਪਠਾਨਾਂ ਦੇ ਵਿੱਚ ਰੋਲਾ ਬਹੁਤ ਪੈਂਦਾ ਸੀ ਮੁਗਲੋਂ ਉਹਦੇ ਜਿਹੜੇ ਵਿਦਰੋਹ ਹੋਣ ਲੱਗ ਪੈਂਦੇ ਸੀ ਬਗਾਵਤਾਂ ਹੋਣ ਲੱਗ ਪੈਂਦੀ ਸੀ ਫਿਰ ਕਈ ਉਹਦੇ ਹਮਲਿਆਂ ਵਿੱਚ ਤੁਹਾਨੂੰ ਯਾਦ ਹੋਣਾ ਪਿੱਛੇ ਛੱਡ ਕੇ ਦੌੜਦਾ ਹੁੰਦਾ ਸੀ ਵਾਪਸ ਆਉਂਦਾ ਸੀ ਜਾ ਕੇ ਕਿਉਂਕਿ ਉਹਨੂੰ ਪਿੱਛੇ ਰੋਲਾ ਪੈ ਹੁਣ ਉਹਨੂੰ ਇਹ ਪਤਾ ਸੀ ਵੀ ਜੇ ਕਾਬਲ ਮੇਰੇ ਹੱਥੋਂ ਚਲੇ ਗਿਆ ਤਾਂ ਫਿਰ ਵੀ ਮੇਰੇ ਉੱਤੇ ਸਭ ਕੁਝ ਹੀ ਚਲੇਗਾ ਉਹਦਾ ਇੰਟਰਸਟ ਇਹ ਸੀ ਕਿਉਂਕਿ ਉਹ ਉਹ ਮੁਲਕ ਆਪ ਪੈਦਾ ਕੀਤਾ ਸੀ ਮਨ ਉਹ ਮੁਲਕ ਬਣਾਇਆ ਸੀ ਜਨਮਦਾਤਾ ਸੀ ਉਹ ਅਫਗਾਨਿਸਤਾਨ ਦਾ ਇਸ ਕਰਕੇ ਮੇਨ ਚੀਜ਼ ਉਹਦੀ ਸੀ ਅਫਗਾਨਿਸਤਾਨ ਤੇ ਰੂਲ ਕਰਨਾ ਇਹ ਹਿੰਦੁਸਤਾਨ ਤੇ ਰੂਲ ਕਰਨਾ ਉਹਦਾ ਇੰਟਰਸਟ ਹੈ ਨਾ ਸੀ ਇਹ ਦੋ ਬੜੇ ਕਾਰਨ ਤਾਂ ਇਹ ਸੀ ਹੂੰ ਤੀਜਾ ਕਾਰਨ ਇਹ ਸੀਗਾ ਜਾ ਕੇ ਕਿ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ ਉਹ ਗ੍ਰੀਲਾ ਵਾਰਫੇਅਰ ਲਈ ਯੂਜ਼ ਟੂ ਨਹੀਂ ਸੀ ਹੂੰ ਉਹ ਜਿਹੜਾ ਸੀ ਸਿੱਧੀ ਬੈਟਲ ਲੜਨ ਲਈ ਯੂਜ਼ ਟੂ ਸੀ ਸਾਹਮਣੋ ਸਾਹਮਣੇ ਆਮਣੋ ਸਾਹਮਣੇ ਉਹਦੇ ਸਾਹਮਣੇ ਕੋਈ ਨਹੀਂ ਸੀ ਖੜਦਾ ਇਹਦੇ ਕੋਈ ਖੜਿਆ ਵੀ ਨਹੀਂ ਹੈ ਜਿੰਨੇ ਉਹਨਾਂ ਹਮਲੇ ਕੀਤੇ ਆਮਨੋ ਸਾਹਮਣੀ ਨਹੀਂ ਕੋਈ ਕੋਈ ਵੀ ਖੜਿਆ ਉਹਦੇ ਸਾਹਮਣੇ ਇੱਕ ਜਿਹੜੀ ਪਹਿਲੀ ਲੜਾਈ ਹੈ ਪਹਿਲੀ ਲੜਾਈ ਦੇ ਵਿੱਚ ਜਦੋਂ ਬਰੂਦ ਫਟ ਗਿਆ ਉਸ ਵੇਲੇ ਉਹਨੂੰ ਤੋੜਨਾ ਪਿਆ ਕਿਉਂਕਿ ਉਹਦੇ ਸਾਰੇ ਬਰੂਦ ਨੂੰ ਅੱਗ ਲੱਗੀ ਸੀ ਨਹੀਂ ਉਹਦੇ ਸਾਹਮਣੇ ਕੋਈ ਨਹੀਂ ਹੈ ਸਿੱਖਾਂ ਦੇ ਵਿੱਚ ਵੀ ਤੁਸੀਂ ਦੇਖੋ ਮਿਸਲਾਂ ਨੇ ਵੀ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਪੰਜਵੇਂ 6ਵੇਂ ਹਮਲੇ 'ਚ 6ਵੇਂ ਹਮਲੇ ਵਿੱਚ ਜਿਸ ਵੇਲੇ ਕਲੂਕਾ ਰੇ ਵਿੱਚ ਇੱਕ ਵਾਰ ਲੜਾਈ ਉਹ ਤਾਂ 20 25 ਹਜ਼ਾਰ ਨੂੰ ਪੇਵਲਗਰ ਕਿ ਸਿਰ ਦਿੱਤਾ ਜਾ ਕੇ ਪਿਛੇ ਡ ਲੜਾਈ ਨਹੀਂ ਸੀ ਉਹਨਾਂ ਲੜਦਾ ਗ੍ਰੀਲਾ ਵਾਰ ਫਿਰ ਨੂੰ ਹੁੰਦਾ ਨਹੀਂ ਸੀ ਜਾ ਕੇ ਸੋ ਇਹ ਕੁਝ ਇਹ ਤਾਂ ਕਾਰਨ ਜਿਹੜੇ ਸੀਗੇ ਜਿਹੜੇ ਅਬਦਾਲੀ ਦੇ ਨਾਲ ਸੰਬੰਧਿਤ ਸੀਗੇ ਜਾ ਕੇ ਇਹ ਤਾਂ ਕਿ ਉਹ ਕਿਉਂ ਨਹੀਂ ਜਿੱਤ ਸਕਿਆ ਇਸ ਗੱਲ ਦੇ ਵਿੱਚ ਅਗਲੀ ਗੱਲ ਹੁਣ ਦੂਜੇ ਪਾਸੇ ਆਉਨੇ ਆ ਜਿਹੜੀ ਸਿੱਖ ਲੀਡਰ ਹੁਣ ਸੋਲਜਰਾਂ ਦੀ ਗੱਲ ਮੈਂ ਤੁਹਾਨੂੰ ਕਰਦਾ ਜਿਹੜੇ ਮੁਗਲਾਂ ਦੇ ਸੋਲਜਰ ਸੀਗੇ ਇਹ ਤਾਂ ਬਹੁਤੇ ਲੜਾ ਕੇ ਨਹੀਂ ਸੀ ਅੱਛਾ ਇਹ ਮੁਗਲ ਸੋਲਜਰ ਜੰਗਯੂ ਸੋਲਜਰ ਨਹੀਂ ਸੀ ਬਹੁਤੇ ਨਹੀਂ ਸੀ ਪਠਾਨ ਬਹੁਤ ਤਕੜੇ ਸੋਲਜਰ ਸੀਗੇ ਮਰਹੱਟੇ ਬਹੁਤ ਤਕੜੇ ਸੋਲਜਰ ਸੀ ਤਾਂ ਇਹ ਮਿਸਲਾਂ ਦੇ ਜਿਹੜੇ ਸੋਲਜਰ ਸੇ ਇਹ ਬਹੁਤ ਤਕੜੇ ਸੋਲਜਰ ਸੇ ਥੇ ਸਭ ਮਿਸਲਾਂ ਦੇ ਜਿਹੜੇ ਘੋੜਸਵਾਰ ਸੀਗੇ ਨਾ ਇਹਨਾਂ ਦੀ ਹਾਲਤ ਏ ਸੀ ਇੰਨੀ ਨਿਪੁੰਨ ਸੀਗੇ ਉਹਦੇ ਵਿੱਚ ਸਰਪੱਟ ਜਾਂਦਾ ਘੋੜਾ ਨਾ ਉਹ ਤੇ ਥੱਪਕੀ ਮਾਰਦੇ ਸੇ ਇੱਕਦਮ ਖੜ ਜਾਂਦਾ ਸੀ ਘੋੜਾ ਇੱਕ ਥੱਪਕੀ ਦੇ ਨਾਲ ਇਨਾ ਕੰਟਰੋਲ ਸੀ ਇਹਨਾਂ ਦਾ ਉਸ ਦੇ ਦੇ ਤੋ ਸਿੱਖ ਜਿਹੜੇ ਸੋਲਜਰ ਸਿੱਖ ਸੋਲਜਰ ਜਾਂ ਮਿਸਲ ਸੋਲਜਰ ਜਿਹੜੇ ਸੀਗੇ ਉਹ ਕੋਰਸਵਾਰ ਬਹੁਤ ਤਕੜੇ ਸੀ ਤੇ ਜੰਗਯੂ ਬਹੁਤ ਤਕੜੇ ਸਨ ਹਮਮ ਤੇ ਇਹ ਮੁਗਲਾਂ ਵਾਲੇ ਤਾਂ ਹੈ ਨਾ ਮੁਗਲਾਂ ਨੇ ਤਾਂ ਯਾਸ਼ ਉਹ ਸੀਗੇ ਇਹ ਦਸੀਆਂ ਪੋਤੇ ਜਾ ਕੇ ਅਫਗਾਨ ਸੀਗੇ ਅਬਦਾਲੀ ਦੇ ਸੀਗੇ ਮਰਾਠੇ ਸੀਗੇ ਇਹ ਤਿੰਨ ਸੀਗੇ ਇੱਕ ਤਾਂ ਇਹ ਆ ਕਿ ਸਿੱਖ ਲੀਡਰਸ਼ਿਪ ਬਹੁਤ ਵਧੀਆ ਸੀ ਉਸ ਵੇਲੇ ਸਿੱਖ ਲੀਡਰ ਸਿੱਖ ਲੱਕੀ ਸੀਗੇ ਵੀ ਇਹਨਾਂ ਨੂੰ ਉੱਥੇ ਜੱਸਾ ਸਿੰਘ ਆਲੂ ਵਾਲੀ ਨਵਾਬ ਕਪੂਰ ਸਿੰਘ ਆ ਕੇ ਲੀਡਰ ਉਸ ਵੇਲੇ ਮਿਲੇ ਔਰ ਜਿੰਨੀ ਇਹ ਮੂਵਮੈਂਟ ਨੂੰ ਜਿਹੜਾ ਹੈਗਾ ਸਿਰੇ ਚੜਾਇਆ ਹਮਮ ਅਗਲੀ ਜਿਹੜੀ ਮੈਂ ਹੁਣੇ ਗੱਲ ਕਰਕੇ ਹਟਿਆ ਉਹ ਇਹ ਹੀ ਹੈਗੀ ਹੈ ਜਾ ਕੇ ਗੁਰੀਲਾ ਵਾਰਫੇਰ ਹੁਣ ਜਿਹੜੇ ਰੀਜ਼ਨ ਆਪਾਂ ਦੇਖ ਰਹੇ ਹੱਸੇ ਪੇ ਮਿਸਲਾਂ ਦੇ ਜਿੰਨ ਦੇ ਕਾਰਨ ਕੀ ਹੈ ਹਮ ਇਹ ਅਹਿਮ ਸ਼ਾ ਅਬਦਾਲੀ ਦੀਆਂ ਜਿਹੜੀਆਂ ਆਪਣੀਆਂ ਪ੍ਰੋਬਲਮਾਂ ਸਿਗੀਆਂ ਜਿਹੜੀਆਂ ਉਹਦੀ ਆਪਣੀਆਂ ਲਿਮਿਟੇਸ਼ਨਸ ਜੋ ਆਪਾਂ ਡਿਸਕਸ ਕਰ ਲਈਏ ਜੀ ਬਿਲਕੁਲ ਹੋਣੇ ਆ ਵੀ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਸੀਗਾ ਪੰਜਾਬ ਦੇ ਵਿੱਚ ਜਿੱਤਣ ਦਾ ਵੀ ਸਿੱਖ ਮਿਸਲਾਂ ਨੇ ਇਹਨੂੰ ਧਰਮ ਯੁੱਧ ਨਹੀਂ ਬਣਨ ਦਿੱਤਾ। ਹੂੰ ਉਹ ਨਹੀਂ ਬਣ ਦਿੱਤਾ ਜਾ ਕੇ ਵੀ ਇਹ ਜਿਹੜਾ ਯੁੱਧ ਹੈਗਾ ਸਿੱਖਾਂ ਦਾ ਤਾਂ ਮੁਸਲਮਾਨਾਂ ਦਾ ਆ। ਹਾਲਾਂਕਿ ਦਿੱਲੀ ਦੀ ਸਰਕਾਰ ਨੇ ਵੀ ਔਰ ਵਿੱਚ ਪੰਜਾਬ ਦੇ ਵੀ ਇੱਕ ਦੋ ਗਵਰਨਰਾਂ ਨੇ ਕੋਸ਼ਿਸ਼ ਕੀਤੀ ਹੈ ਇਹਨੂੰ ਜਿਹਹਾਦ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਕ ਦੋ ਵਾਰ ਉਹਨਾਂ ਦਿੱਲੀ ਵਾਲਿਆਂ ਨੇ ਕਿਹਾ ਵੀ ਇਹ ਤਾਂ ਜਿਹਹਾਦ ਆ। ਸਿੱਖਾਂ ਦੇ ਖਿਲਾਫ ਲੜੋ। ਪਰ ਉਹ ਸਿੱਖ ਮਿਸਲਾਂ ਨੇ ਨਹੀਂ ਬਣ ਦਿੱਤਾ ਜੀ। ਸਿੱਖ ਮਿਸਲਾਂ ਨੇ ਇਹਨੂੰ ਜਹਾਦ ਨਹੀਂ ਮੰਨ ਦਿੱਤਾ ਇਹਨੂੰ ਪਹਿਲੀ ਸਟੇਜ ਦੇ ਉੱਤੇ ਕਿਸਾਨੀ ਘੋਲੇ ਰੱਖਿਆ ਜਾ ਕੇ ਅੱਛਾ ਜੀ ਉਹ ਨਹੀਂ ਕਹਿੰਦੇ ਇਹ ਪੰਜਾਬ ਦੇ ਕਿਸਾਨਾਂ ਦਾ ਘੋਲਿਆ ਪਹਿਲੀ ਸਟੇਜ ਦੇ ਉੱਤੇ ਜਿਹੜਾ ਲੜਦੇ ਸੋ ਸਭ ਤੋਂ ਵੱਡਾ ਜਿਹੜਾ ਰੀਜ਼ਨ ਇਹ ਸੀ ਕਿ ਸਿੱਖ ਮਿਸਲਾਂ ਨੇ ਇਹਨੂੰ ਲੋਕ ਯੁੱਧ ਰੱਖਿਆ ਧਰਮ ਯੁੱਧ ਨਹੀਂ ਬਣਨ ਦਿੱਤਾ ਜਾ ਕੇ ਇਹ ਸਾਰੇ ਪੰਜਾਬ ਦੇ ਲੋਕਾਂ ਦਾ ਯੁੱਧ ਆ ਹਰ ਕਿਸਾਨ ਦਾ ਯੁੱਧ ਆ ਕਰ ਕਰਦੇ ਵਿੱਚ ਇਹ ਯੁੱਧ ਚੱਲਦਾ ਸੀਗਾ ਹਰ ਕਿਸਾਨ ਦੀ ਸਿੰਪਥੀ ਸੀਗੀ ਇਸ ਮੂਵਮੈਂਟ ਦੇ ਨਾਲ ਜਾ ਕੇ ਚਾਹੇ ਉਹ ਮੁਸਲਮਾਨ ਆ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਕਿਉਂਕਿ ਉਹਦੀ ਜ਼ਮੀਨ ਦਾ ਮਸਲਾ ਸੀਗਾ ਉਹਦੇ ਨਾਲ ਨਾਲ ਸੀ ਦੂਜਾ ਇਹ ਆ ਵੀ ਇਹੋ ਜਿਹੜੇ ਰਾਜ ਮੁਗਲਾਂ ਦਾ ਰਾਜ ਸੀਗਾ ਉਹ ਤੋਂ ਬਹੁਤ ਤੰਗ ਆ ਚੁੱਕੇ ਸੀਗੇ ਅਫਗਾਨਾਂ ਦੀ ਲੁੱਟ ਤੋਂ ਤੰਗ ਆ ਚੁੱਕੇ ਸੀਗੇ ਉਹ ਚਾਹੁੰਦੇ ਸੀ ਵੀ ਇੱਥੇ ਕੋਈ ਆਪਣਾ ਰਾਜ ਜਿਹੜਾ ਬਣੇ ਜਾ ਕੇ ਪੰਜਾਬ ਦੇ ਵਿੱਚ ਸੋ ਉਹ ਪੰਜਾਬੀਆਂ ਨੂੰ ਆਪਣਾ ਰਾਜ ਚਾਹੀਦਾ ਸੀਗਾ ਜਾ ਕੇ ਉਹਦੇ ਸਿੱਖ ਮੂਵਮੈਂਟ ਨੇ ਉਹਨਾਂ ਨੂੰ ਜਿਹੜਾ ਹੈਗਾ ਰਾਹ ਦੱਸਿਆ ਪੇ ਆਹ ਰਾਹ ਹੈਗਾ ਸਾਡਾ ਹਮਮ ਔਰ ਉਹਦੇ ਵਿੱਚ ਜਿੱਦਾਂ ਮੁਗਲਾਂ ਦਾ ਤਾਂ ਉਦੋਂ ਹੀ ਬਸ ਹੋਈ ਹੋਈ ਸੀਗੀ ਇੱਕ ਗੱਲ ਦੂਜੀ ਗੱਲ ਜਿੱਥੇ ਤੱਕ ਪਠਾਨ ਆਪਣਾ ਅਫਗਾਨ ਆਉਂਦੇ ਸੇ ਇਹਨਾਂ ਨੂੰ ਸਦਾ ਹੀ ਬਾਹਰਲੇ ਸਮਝਿਆ ਗਿਆ ਅਫਗਾਨਿਸਤਾਨੀ ਪੰਜਾਬੀ ਮੁਸਲਮਾਨਾਂ ਨੇ ਇਹਨਾਂ ਨੂੰ ਆਪਣੇ ਨਹੀਂ ਸਮਝਿਆ ਹਮ ਉਹਨੀਆਂ ਨੂੰ ਬਾਹਰਲੇ ਸਮਝਿਆ ਪੇ ਬਾਹਰਲੇ ਸਾਨੂੰ ਲੁੱਟਣ ਆਉਂਦੇ ਬਾਹਰਲੇ ਸਾਨੂੰ ਤੰਗ ਕਰਦੇ ਆ ਬਾਹਰਲੇ ਸਾਡੀਆਂ ਬਹੁ ਬੇਟੀਆਂ ਦੀ ਇੱਜ਼ਤ ਢੋਟਦੇ ਆ ਬਾਹਰਲੇ ਸਾਡੀਆਂ ਫਸਲਾਂ ਤਬਾਹ ਕਰਦੇ ਆ ਸਾਡੀਆਂ ਦੁਕਾਨਾਂ ਲੁੱਟਦੇ ਆ ਕੇ ਇਦਾਂ ਉਹ ਪੇਸ਼ ਹੋਏ ਇਸ ਕਰਕੇ ਉਹ ਨਹੀਂ ਉਹਨਾਂ ਨੂੰ ਸਪੋਰਟ ਨਹੀਂ ਕੀਤਾ ਉਹ ਨਹੀਂ ਸਪੋਰਟ ਕੀਤਾ ਇਸ ਮੂਵਮੈਂਟ ਨੂੰ ਮਿਸਲ ਨੂੰ ਕਿਉਂਕਿ ਉਹ ਪ੍ਰੋਟੈਕਟ ਕਰਦੇ ਸੀ ਉਹਨਾਂ ਨੂੰ ਲੋਕਲ ਲੋਕ ਸੀ ਲੋਕਲ ਲੋਕਸ਼ਾਰ ਉਹਨਾਂ ਨੇ ਪ੍ਰੋਟੈਕਸ਼ਨ ਕਰਦੇ ਇਹ ਹੁਣ ਜੇ ਪਿੰਡ ਦੇ ਉੱਤੇ ਹਮਲਾ ਹੁੰਦਾ ਅੱਜ ਤਾਂ ਸਿੱਖ ਮਿਸਲ ਖੜਦੀਆਂ ਸੀ ਜਾ ਕੇ ਉਹਨੂੰ ਪੇਜਾ ਕੇ ਇਹਨੂੰ ਜਿਹੜਾ ਹੈਗਾ ਰੋਕਣਾ ਜਾ ਕੇ ਸੋ ਬੜੀ ਗੱਲ ਇਹ ਸੀਗੀ ਜਾ ਕੇ ਕਿ ਇਨੀ ਉਹਨੂੰ ਲੋਕ ਯੁੱਧ ਰੱਖਿਆ ਔਰ ਦੂਜੇ ਪਾਸੇ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਜੱਟਾਂ ਨੂੰ ਇਹ ਡਰ ਸੀ ਕਿ ਜੇ ਇਹ ਮੂਵਮੈਂਟ ਫੇਲ ਹੋ ਗਈ ਸਾਡੀਆਂ ਜ਼ਮੀਨਾਂ ਫੇਕ ਹੋ ਜਾਣੀਆਂ ਹੂੰ ਠੀਕ ਹੈ ਫਿਰ ਮੁਜਾਰੇ ਬਣ ਜਾਗੇ ਫਿਰ ਮੁਜਾਰੇ ਬਣ ਜਾਣਾ ਸੀ ਜਾ ਕੇ ਇਸ ਕਰਕੇ ਇਸ ਗੱਲ ਨੇ ਵੀ ਉਹਨਾਂ ਨੂੰ ਇਸ ਮੂਵਮੈਂਟ ਨਾਲ ਬਹੁਤ ਜੋੜਿਆ ਕਿ ਇਹ ਨੂੰ ਤਕੜੀ ਕਰੋ ਇਹ ਆਪਣੀ ਮੂਵਮੈਂਟ ਹੈ ਨਹੀਂ ਸਾਡਾ ਫੇ ਪਹਿਲਾਂ ਵਾਲਾ ਇਹ ਹਾਲ ਹੋ ਜਾਂਦਾ ਔਰ ਇਸ ਨੇ ਭੋਏ ਵਤਰ ਕਰੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿਉਂਕਿ ਹਿੰਦੂ ਮੁਸਲਮਾਨ ਇਕੱਠੇ ਹੋ ਗਏ ਸਾਰੇ ਜੀ ਮਹਾਰਾਜੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਇਸ ਗੱਲ ਤੇ ਅੱਛਾ ਇਹ ਕੌਣ ਕਹੀਦਾ ਇਹ ਕਹਿੰਦੇ ਹੁੰਦੇ ਨਾ ਜੀ ਕਿ ਜਿਹੜੀਆਂ ਮੇਜਰ ਤਬਦੀਲੀਆਂ ਉਹ ਡਿਟਰਮਿੰਡ ਮੈਜੋਰਟੀ ਲਿਆਉਂਦੀ ਹੈ ਡਿਟਰਮਿੰਡ ਪਰ ਇੱਥੇ ਤਾਂ ਡਿਟਰਮਿੰਡ ਮੈਜੋਰਟੀ ਸੀ ਯਾ ਸਾਰੇ ਸਾਰੇ ਸੀਗੇ ਐਸੇ ਮੂਵਮੈਂਟ ਦੇ ਮਗਰ ਸੋ ਇਹ ਵੱਡਾ ਕਾਰਨ ਜਿਹੜਾ ਸੀਗਾ ਇਹ ਹੈ ਕਿ ਜਿੱਦਾਂ ਆਪਾਂ ਕਹਿ ਲਈਏ ਇਹ ਜਿਹੜੀ ਸੈਂਸ ਮੂਵਮੈਂਟ ਸੀਗੀ ਇਹ ਕਾਟ ਦੀ ਇਮੇਜਿਨੇਸ਼ਨ ਆਫ ਦਾ ਪੀਪਲ ਹੂੰ ਇਹ ਤਾਂ ਮੈਨੂੰ ਯਾਦ ਹੈ ਕਿ ਸਾਡੇ ਉਹ ਡਾਕਟਰ ਹੁੰਦੇ ਸੀਗੇ ਡਾਕਟਰ ਬਾਲ ਉਹ ਗਦਰ ਪਾਰਟੀ ਦਾ ਇੱਕ ਵਾਰ ਉਹਨਾਂ ਲੈਕਚਰ ਦੇ ਗਦਰ ਪਾਰਟੀ ਤੋਂ ਨਹੀਂ ਕਿਹਾ ਕਹਿੰਦੇ ਇਹਦੇ ਫੇਲ ਹੋਣ ਦਾ ਇੱਕ ਕਾਰਨ ਇਹ ਸੀ ਦੇ ਡਿਡ ਨਾਟ ਕੈਚ ਦੀ ਇਮੇਜਿਨੇਸ਼ਨ ਆਫ ਦਾ ਪੀਪਲ ਲੋਕਾਂ ਦੀ ਇਸ ਇਨੀ ਕੰਮੇਜਿਨੇਸ਼ਨ ਫੜਿਆ ਲੋਕਾਂ ਨੂੰ ਦਿਸਣ ਲੱਗ ਪਿਆ ਵੀ ਇਹ ਗੱਲ ਹੋ ਹੋ ਗਈ ਹੈ ਜਾ ਕੇ ਇਸ ਕਰਕੇ ਉਹ ਜਿਹੜਾ ਹੈਗਾ ਉਹਦੇ ਨਾਲ ਦੂਜੀ ਗੱਲ ਇਹ ਹੈ ਤਨ ਸਾਹਿਬ ਇਹ ਜਿਹੜੀ ਦਿੱਲੀ ਦੇ ਸਰਕਾਰ ਤੇ ਆਪਸ ਵਿੱਚ ਵੀ ਲੜਦੇ ਰਹਿੰਦੇ ਸੀ ਹੂੰ ਇਹ ਆਪਸ ਵਿੱਚ ਵੀ ਲੜਦੇ ਰਹਿੰਦੇ ਸੇ ਤੇ ਨਾਦਰ ਸ਼ਾਹ ਦੇ ਹਮਲੇ ਨੇ ਤੇ ਆਪਣੇ ਅਹਿਮਦ ਸ਼ਾਹ ਦੇ ਹਮਲਾ ਨੇ ਇਹਨਾਂ ਮੁਗਲਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੂੰ ਉਹ ਇੰਨੇ ਵੇ ਸਿੱਖਾਂ ਦੀ ਮਦਦ ਹੋ ਗਈ ਉਹ ਮਿਸਲਾਂ ਦੀ ਮਦਦ ਹੋ ਗਈ ਇੱਕ ਹੋਰ ਗੱਲ ਵੀ ਹੋਈ ਵੀ ਪੰਜਾਬ ਦੇ ਮੁਸਲਮਾਨਾਂ ਨੂੰ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਹੀਂ ਦਿੱਲੀ ਚ ਮਿਲਦੀ ਰਹੀ ਸੀ ਨਹੀਂ ਮਿਲਦੀ ਸੀ ਠੀਕ ਹੈ ਬਿਲਕੁਲ ਠੀਕ ਹੈ ਉਹ ਉਹਨਾਂ ਤੋਂ ਬਣਾ ਲੈ ਕੇ ਹੁੰਦੇ ਸੀ ਹਾਂ ਉਧਰ ਉਹਨਾਂ ਨੂੰ ਅਸੀਂ ਛੋਟੇ ਉਹਦੇ ਦਿੰਦੇ ਸੀ ਉਹਨਾਂ ਨੂੰ ਵੱਡੇ ਨਹੀਂ ਦਿੰਦੇ ਸੀ ਠੀਕ ਹੈ ਸੋ ਇਨੀ ਜਿਹੇ ਇੱਕ ਇਹ ਜਿਹੜੇ ਬਾਕੀ ਬੜਾ ਕਾਰਨ ਹੈ ਕਿ ਇਹ ਵੀ ਹੋਇਆ ਪੇ ਦੁਸ਼ਮਣ ਆਪਸ ਵਿੱਚ ਲੜ ਕੇ ਕਮਜ਼ੋਰ ਹੁੰਦੇ ਰਹੇ ਅਫਗਾਨ ਮੁਗਲ ਹੁਣ ਪਹਿਲੇ ਚਾਰ ਹਮਲੇ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਸਗੇ ਸਾਰੇ ਉਹਨਾਂ ਦੇ ਖਿਲਾਫ ਜਾ ਕੇ ਸੋ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕਰ ਕਰਕੇ ਦਿੱਲੀ ਦੀ ਸਰਕਾਰ ਐਂ ਖੋਖਲੀ ਕਰ ਦਿੱਤੀ ਫਾਈਨੈਂਸ਼ੀਅਲੀ ਵੀ ਤਾਂ ਮਿਲਟਰੀ ਤੌਰ ਤੇ ਵੀ ਉਹਨਾਂ ਨੂੰ ਮਾਰ ਦਿੱਤੇ ਜਾ ਕੇ ਅੱਛਾ ਅਗਲੀ ਪਾਵਰ ਜਿਹੜੀ ਸੀਗੀ ਜਿੱਦਾਂ ਮੈਂ ਕਿਹਾ ਵੀ ਦੁਸ਼ਮਣ ਆਪਸ ਵਿੱਚ ਲੜਦੜ ਕਮਜ਼ੋਰ ਹੁੰਦੇ ਗਏ ਇਹ ਮਰਹੱਟਾ ਪਾਵਰ ਇਹੋ ਜੇ ਚਾਂਸ ਸੀਗਾ ਕਿ ਇਹ ਮਰਹੱਟੇ ਪਸ਼ਾਵਰ ਤੱਕ ਪਹੁੰਚ ਗਏ ਸੀਗੇ ਔਰ ਉਹ ਮਹਾਰਾਟੇ ਕਹਿੰਦੇ ਸਨ ਕਾਬਲ ਤੱਕ ਲਿਜਾਣਾ ਕਰੇ ਸਕਦੇ ਟਾਈਮ ਦਾ ਰਾਜ ਉੱਥੇ ਤੱਕ ਲਿਜਾਣਾ ਅਸੀਂ ਕਰਨਾ ਚਾਹੀਦਾ ਕਿਸ ਦਾ ਉਹਦਾ ਕਾਰਨ ਕੀ ਹੋਇਆ ਜਿਹੜਾ 1761 ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲੱਕ ਤੋੜ ਦਿੱਤਾ ਮਹਾਰਾਟਿਆਂ ਦਾ ਅੱਛਾ ਹਾਂ ਐਨ ਮਹਾਰਾਟਿਆਂ ਦਾ ਸਵਾਗਾ ਸਦਾ ਸ਼ਿਵਰਾਓ ਭਾਉ ਸੀਗਾ ਸਦਾ ਸ਼ਿਵਰਾਓ ਭਾਉ ਮਾਰੇ ਆ ਗਿਆ ਵਿੱਚ ਵਿੱਚ ਉਹਦੇ ਤੇ 40000 ਮਰ ਹਟਾ ਮਾਰਿਆ ਗਿਆ ਜੀ ਉਸ ਲੜਾਈ ਉਹਦੇ ਵਿੱਚ ਮਾਰੇ ਗਏ ਉਹ ਮੇਰੇ ਹਟੇ ਮਰਟੇ ਉਹ ਖਤਮ ਹੋ ਗਿਆ ਹਾਲਾਂਕਿ ਜਿਸ ਵੇਲੇ ਜਸਵੰਤਰਾਓ ਹੋਲਕਰ ਨੇ ਪਸ਼ਾਵਰ ਦੇ ਵਿੱਚ ਜਿੱਤਿਆ ਆ ਕੇ ਇਹਨਾਂ ਨੂੰ 1758 ਦੇ ਵਿੱਚ ਪਰ 1760 ਵਿੱਚ ਉਹਨੂੰ ਸਫਾਇਆ ਕਰ ਦਿੱਤਾ ਸੋ ਮਰ ਹਟੇ ਉਹਨੇ ਉਹਨਾਂ ਖਤਮ ਕਰਤੇ ਸੋ ਦੁਸ਼ਮਣ ਦੁਸ਼ਮਣਾਂ ਨੂੰ ਮਾਰਦੇ ਦੇ ਦੁਸ਼ਮਣ ਦੁਸ਼ਮਣਾਂ ਨੂੰ ਮਾਰਦਾ ਰਿਹਾ ਫਾਇਦਾ ਕਿਹਨੂੰ ਹੁੰਦਾ ਗਿਆ ਜੀ ਸਿੱਖ ਮਿਸਲਾਂ ਨੂੰ ਫਾਇਦਾ ਕਮਿਸਲਾਂ ਨੂੰ ਹੁੰਦਾ ਗਿਆ ਜੀ ਸੋ ਮਿਸਲਾਂ ਦੇ ਜਿੱਤਣ ਦਾ ਇੱਕ ਇਹ ਕਾਰਨ ਵੀ ਵੱਡਾ ਬਣਿਆ ਕਿ ਉਹ ਆਪਸ ਵਿੱਚ ਜਿਹੜੇ ਲੜਦੇ ਗਏ ਇੱਕ ਸਿੰਘ ਸਾਹਿਬ ਇਹ ਵੀ ਗੱਲ ਇੱਕ ਵਾਰ ਬੜੀ ਹੁੰਦੀ ਰਹੀ ਜਦ ਮੈਂ ਉੱਥੇ ਯੂਨੀਵਰਸਿਟੀ ਚ ਹੁੰਦਾ ਸੀ ਸੈਨੇਟ ਦੇ ਵਿੱਚ ਉੱਥੇ ਇੱਕ ਵਾਰ ਗੱਲ ਹੋਈ ਉੱਥੇ ਇੱਕ ਇਥੇ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਵੱਡਾ ਕਾਰਨ ਇੱਕ ਜਿਹੜਾ ਆ ਹੈਗਾ ਨਾ ਜੀ ਉਹ ਇਸ ਵੇਲੇ ਆ ਕਿ ਉਸ ਵੇਲੇ ਗਵਰਨਮੈਂਟ ਦੇ ਵਿੱਚ ਔਰ ਲੋਕਾਂ ਦੇ ਵਿੱਚ ਹਥਿਆਰਾਂ ਦਾ ਫਰਕ ਨਹੀਂ ਸੀ ਬਹੁਤਾ ਹਮ ਹਮ ਜਿਹੜਾ ਹਥਿਆਰਾਂ ਦਾ ਫਰਕ ਨਹੀਂ ਸੀ ਬਹੁਤਾ ਜਿੱਦਾਂ ਅੱਜ ਫਰਕ ਪਿਆ ਆ ਅੱਜ ਹੁਣ ਜਿਹੜਾ ਫਰਕ ਆ ਅੱਜ ਤਾਂ ਗਵਰਨਮੈਂਟ ਕੋ ਕਿਦਾਂ ਦੇ ਆ ਹਥਿਆਰ ਆ ਪਿੰਡੋਂ ਆਮ ਸਹਾਰਨੂਬੰਦੇ ਕੋ ਕੀ ਹਥਿਆਰ ਹੋਣਗੇ ਉਸ ਵੇਲੇ ਕਿਰਪਾਨ ਬਰਛਾ ਤੋੜੇਦਾਰ ਬੰਦੂਕ ਉਹਨਾਂ ਕੋਲ ਹੁੰਦੀ ਸੀ ਕਿਰਪਾਨ ਬਰਛਾ ਤੋੜੇਦਾਰ ਬੰਦੂਕ ਉਹਨਾਂ ਕੋਲ ਹੁੰਦੀ ਸੀ ਕੋੜੇ ਸੀ ਉਹ ਕੋੜੇ ਸੀ ਕੋੜੇ ਉਹਨਾਂ ਕੋਲ ਹੁੰਦੇ ਸੀ ਹਥਿਆਰਾਂ ਦਾ ਫਰਕ ਨਹੀਂ ਸੀ ਬਹੁਤਾ ਜਾ ਕੇ ਉਹ ਜਿਹੜੀ ਜੇ ਅਹਿਮਦ ਸ਼ਾਹ ਅਬਦਾਲੀ ਕੋਲ ਲਾਈਟ ਤੋਪਾਂ ਹੁੰਦੀਆਂ ਸੀ ਉਹ ਤੋਪਾਂ ਦਾ ਯੂਜ਼ ਕਰਨਾ ਸੀ ਸਕਦਾ ਕਿਉਂਕਿ ਉਹ ਪੇਚਨ ਬੈਟਰ ਲੜਦੇ ਨਹੀਂ ਸੀ ਉਹ ਜਿਸ ਵੇਲੇ ਉਹ ਤੋਪ ਚਲਾਉਂਦੇ ਸੀ ਉਹ ਜਗੜਾ ਚੱਲ ਜਾਂਦਾ ਸੀ ਜਾ ਕੇ ਉਸ ਵੇਲੇ ਉਸ ਵੇਲੇ ਚੱਲ ਜਾਂਦੇ ਸੀ ਜਾਨੀ ਗਰੀਲਾ ਵਾਰਫੇਅਰ ਜਿਹੜੀ ਸੀ ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜੇ ਉਹਦੀ ਬਰਤਰੀ ਸਿਰਫ ਤੋਪਾਂ ਵਿੱਚ ਸੀ ਉਹ ਤੋਪਾਂ ਚੱਲਦਾ ਮੌਕਾ ਹੀ ਨਹੀਂ ਮਿਲਦਾ ਚੱਲਣ ਦਾ ਬਾਕੀ ਹਥਿਆਰ ਇੱਕੋ ਜਿਹੇ ਸੀਗੇ ਹੁਣ ਅੱਜ ਜੇ ਪਬਲਿਕ ਲੜਨਾ ਚਾਹੇ ਗਵਰਨਮੈਂਟ ਦੇ ਨਾਲ ਅੱਜ ਤੱਕ ਗਵਰਨਮੈਂਟ ਕੋ ਤੋ ਹਵਾਈ ਜਹਾਜ਼ਾਂ ਭਰਨਾ ਜਾਨੀ ਉਸ ਵੇਲੇ ਤੋਪ ਵੀ ਇੱਕ ਮਜ਼ਾਈਲ ਦੇ ਕੰਮ ਦੇ ਤੌਰ ਤੇ ਹੁੰਦੀ ਸੀ ਪਰ ਉਹ ਸਿੱਖਾਂ ਦੇ ਕੰਮ ਨਹੀਂ ਸੀ ਨਹੀਂ ਦੀ ਕਿਉਂਕਿ ਉਹ ਜੰਗਲਾਂ ਦੇ ਵਿੱਚ ਚੱਲ ਜਾਂਦੇ ਸੀ ਅਹਿਮਦ ਸ਼ਾ ਅਬਦਾਲੀ ਨੂੰ ਇਹ ਜਿਹੜੀ ਸਿੱਖਾਂ ਦਾ ਸੀਗਾ ਜੀ ਮਿਸਲਾਂ ਦਾ ਸੀਗਾ ਮਿਸਲਾਂ ਨੂੰ ਲੋਕਲ ਨੋਲਜ ਬਹੁਤ ਸੀ ਇਹ ਰੀਰੀ ਨੌਂ ਨੇ ਬਹੁਤ ਸੇ ਕਿਉਂਕਿ ਲੋਕਲ ਬੰਦੇ ਸੀ ਉਹਨਾਂ ਨੂੰ ਜਿਹੜੇ ਲੱਖੀ ਜੰਗਲ ਜਾਂ ਕਾਨੂੰ ਆਣੀਆਂ ਤੇ ਜੰਗਲ ਹੈ ਜਿਨ੍ਹਾਂ ਚੋਂ ਲੁਕਦੇ ਸੀਗੇ ਉਹਨਾਂ ਸਾਰਿਆਂ ਦੇ ਵਿੱਚੋਂ ਡੰਡੀਆਂ ਦਾ ਵੀ ਪਤਾ ਹੁੰਦਾ ਸੀ ਇੱਧਰ ਤੋਂ ਕੋੜੇ ਲੰਘ ਸਕਦੇ ਆ ਇੱਧਰ ਤੋਂ ਕੋੜੇ ਨਹੀਂ ਲੰਘਣੇ ਜਾ ਕੇ ਕੋੜੇ ਲਈ ਪਾਣੀ ਫਲਾਣੇ ਤੇ ਹੈਗਾ ਕੋੜੇ ਦੇ ਚੋਕ-ਚੁਗਣ ਲਈ ਫਲਾਣੇ ਤੇ ਹੈਗਾ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਜੰਗਲ 'ਚ ਫਸ ਗਏ ਅਸੀਂ ਫਸ ਗਏ ਕਿ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਅਸੀਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਜਾਣਾ ਫਿਰ ਉਹ ਮਾਰ ਦੇਣਗੇ ਉਹ ਉਹ ਫੇਰ ਮਾਰ ਦੇਣਗੇ ਕਿਉਂ ਉਹਦੇ ਵਿੱਚ ਉਹ ਜੰਗਲ 'ਚ ਮਾਰ ਦੇ ਦਿੰਦੇ ਸੀ ਆ ਜੀ ਤੋ ਇਹ ਜਿਹੜਾ ਇਹ ਗੁਰੀਲਾ ਵਾਰਫੇਰ ਆ ਇਹ ਲੜਨੀ ਬੜੀ ਔਖੀ ਹੈ ਜਾ ਕੇ ਉਹ ਜਿਹੜੀ ਉਹ ਚਲੇ ਜਾਂਦੇ ਸੀ ਜ਼ਮੀਨਾਂ ਖੋਹ ਹੋਣ ਦੇ ਡਰ ਨੇ ਇੱਕ ਇਹ ਕਿਸਾਨਾਂ ਨੂੰ ਇਕੱਠੇ ਕੀਤਾ ਔਰ ਪੰਜਾਬ ਦੇ ਵਿੱਚ ਸਿੱਖ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸਿੱਖ ਰਾਜ ਵੀ ਕਹਿ ਸਕਦੇ ਆ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰਾਜ ਕਾਇਮ ਕਰਨ ਦੇ ਵਿੱਚ ਸਿੱਖ ਕਿਸਾਨ ਮੂਵਮੈਂਟ ਦਾ ਬਹੁਤ ਬੜਾ ਰੋਲ ਲੈ ਜਾ ਜਿਹੜੀ ਕਿਸਾਨ ਮੂਵਮੈਂਟ ਚੱਲੀ ਸੀਗੀ ਵੀ ਹੜ ਵਾਲੇ ਜ਼ਮੀਨਾਂ ਉਹੀ ਜਿਹੜੇ ਹੈਗੇ ਉਹੀ ਸਾਥ ਦਿੱਤਾ ਉਹ ਕੋ ਟ੍ਰੇਡ ਸੋਲ ਜੇ ਤੱਕ ਨਹੀਂ ਉਹ ਹੀ ਹੈਗਾ ਇਸਾਨੇ ਜਾ ਕੇ ਉਹ ਨਹੀਂ ਸਾਰੇ ਜਿਹੜੇ ਹੈ ਕਿ ਜਿਤਾਰਤ ਤੇ ਜਾ ਕੇ ਜਾ ਕੇ ਸੋ ਇਹ ਜਿਹੜੇ ਆ ਮੇਨ ਕਾਰਨ ਸਿਗੇ ਜਾ ਕੇ ਸਿੱਖਾਂ ਦੇ ਜਾਂ ਮਿਸਲਾਂ ਦੇ ਜਿਤਣ ਦੇ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਨੂੰ ਇੱਕ ਪੰਜਾਬ ਦੇ ਇੱਕ ਵਰਗ ਦੀ ਹਮਾਇਤ ਨਹੀਂ ਹੈ ਟੋਟਲ ਪੰਜਾਬ ਦੀ ਹਮਾਇਤ ਸਗੀ ਜਾ ਕੇ ਸੋ ਇਸ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕੈਸ਼ ਕਰ ਲਿਆ ਇਸ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪ੍ਰੋਬਲਮ ਇਹ ਨਹੀਂ ਆਈ ਹੈ ਜਾ ਕੇ ਜਾ ਕੇ ਪੇ ਮੈਨੂੰ ਵੀ ਮੈਨੂੰ ਅਪੋਜ਼ ਕਰੂਗੇ ਜਾ ਕੇ ਮੈਂ ਤਾਂ ਸਾਰਾ 6% 94% ਕਿਦਾਂ ਕਰੂਗਾ ਕਿਸੇ ਨੇ ਪਹੁੰਚ ਨਹੀਂ ਕੀਤਾ ਉਹਨਾਂ ਦਾ ਹੋ ਤਾਂ ਜੋ تھے ਕੀ ਕਹਿੰਦੇ ਹੁੰਦੇ ਆ ਅਥਵਾਦੀ ਚਲੀ ਜਾ ਕੇ ਪੇ ਪੰਜਾਬੀਆਂ ਦਾ ਰਾਜ ਆ ਗਿਆ ਜਾ ਕੇ ਪੰਜਾਬੀਆਂ ਦਾ ਰਾਜ ਆ ਗਿਆ ਸਾਡਾ ਆਪਣਾ ਬਾਦਸ਼ਾਹ ਆ ਗਿਆ ਸਾਡਾ ਆਪਣਾ ਬਾਦਸ਼ਾਹ ਆ ਗਿਆ ਪਹਿਲੀ ਵਾਰ ਤਾਂ ਹਿਸਟਰੀ ਦੇ ਵਿੱਚ ਆਇਆ ਫਿਰ ਉਸ ਤੋਂ ਬਾਅਦ ਸਿੱਖ ਮਿਸਲਾਂ ਤੇ ਕੀ ਪ੍ਰਭਾਵ ਪਿਆ ਸਿੰਘ ਸਾਹਿਬ ਦੇਖੋ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਤਕਰੀਬਨ 1768 ਤੱਕ ਖਤਮ ਹੋ ਗਏ ਜੀ ਉਹ ਮੁੜ ਕੇ ਨਹੀਂ ਆਏ 1772 ਵਿੱਚ ਉਹਦੀ ਡੈਥ ਹੋ ਗਈ ਹਮ ਹਮ 1772 ਦੇ ਵਿੱਚ ਡੈਥ ਹੋ ਗਏ ਤਾਂ ਉਹ ਤੋਂ ਬਾਅਦ ਉਹਦਾ ਬੇਟਾ ਤਮੂਰ ਆਇਆ ਤਮੂਰ 72 ਤੋਂ ਲੈ ਕੇ 95 94 ਇਥੇ ਤੱਕ ਮੇਰਾ ਰੂਲ ਰਾਜ ਕੀਤਾ ਗਿਆ ਉਹਨਾਂ ਕੋਸ਼ਿਸ਼ ਕੀਤੀ ਪਰ ਉਹਦਾ ਜੰਗ ਜੋ ਹੈ ਨਾ ਸੀ ਜਿੱਦਾਂ ਦੇ ਉਹ ਸੀ ਫਿਰ ਪੰਜਾਬ ਜਿਹੜਾ ਸੀ ਇਹ ਤਕਰੀਬਨ ਸਾਰਾ ਹੀ ਜਿਹੜਾ ਹੈਗਾ ਮਿਸਲਾਂ ਦੇ ਕੰਟਰੋਲ ਦੇ ਵਿੱਚ ਆ ਗਿਆ ਇਹ ਮਿਸਲ ਜਿਹੜੇ ਹੈਗੇ ਆਪਣੇ ਆਪਣੇ ਏਰੀਏ ਦੇ ਆਪਣੇ ਆਪਣੇ ਏਰੀਏ ਦੇ ਵਿੱਚ ਇਹ ਰਾਜ ਕਰਨ ਲੱਗ ਪਏ ਜਾਗੇ ਹੁਣ ਜੇ ਆਪਾਂ ਇਹ ਦੇਖੀਏ ਕਿ ਅਹਿਮਦ ਸ਼ਾ ਅਬਦਾਲੀ ਦੇ ਹਮਲਿਆਂ ਦੇ ਪ੍ਰਭਾਵ ਕੀ ਪਏ ਇੱਕ ਤਾਂ ਆਪਾਂ ਦੇਖਿਆ ਨਾ ਕਿ ਉਹਦੇ ਇੱਕ ਕਾਰਨ ਕੀ ਸੀ ਤੇ ਇੱਕ ਸੀ ਉਹਦਾ ਅਸਰ ਕੀ ਪਿਆ ਲੋ ਪੰਜਾਬ ਦੇ ਉੱਤੇ ਉਹਦੇ ਉੱਤੇ ਪੰਜਾਬ ਦੇ ਵਿੱਚ ਅਸਰ ਇਹ ਪਿਆ ਸਨ ਸਾਹਿਬ ਇੱਕ ਤਾਂ ਪੰਜਾਬ ਦੀ ਇਕਨੋਮੀ ਤਬਾਹ ਹੋ ਗਈ ਉਹਨੇ ਦਿੱਲੀ ਖੋਖਲੀ ਕਰਤੀ ਦਿੱਲੀ ਦੇ ਦੇਖੋ ਉਸ ਵੇਲੇ ਹੁਣ ਮੈਂ ਤੁਹਾਨੂੰ ਦੱਸਾਂ ਉਸ ਵੇਲੇ ਤਿੰਨ ਬੜੇ ਰਾਜ ਸੇ ਇੱਕ ਜਿਹੜਾ ਰਾਜ ਸੀ ਆਟਮਨ एंपਾਇਰ ਇਹ ਵੀ LED ਬਾਈ ਦੀ ਮੁਸਲਮਾਨੀ ਦੂਜੀ ਸਫਾਵਤੰਪਾਇ ਉਹ ਤੁਰਕੀ ਦੇ ਇਲਾਕੇ ਦੇ ਵਿੱਚ ਸੀ ਇਹ ਪਰਸ਼ੀਆ ਦੇ ਵਿੱਚ ਆ ਗਈ ਜਾ ਕੇ ਇੱਕ ਇਹ ਮੁਗਲੰਪਾਇਆ ਇਹ ਤਿੰਨ ਬੜੀਆਂ ਅਰਿਆਸਤਾਂ ਜਿਹੜੀਆਂ ਸੀਗੇ ਕੰਮ ਕਰਦੀਆਂ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਅਮੀਰ ਸਭ ਤੋਂ ਵੱਧ ਸੀ ਉਹ ਮੁਗਲ ਸੀਗੇ ਇਹ ਸਾਰਿਆਂ ਤੋਂ ਵੱਧ ਮੁਗਲ ਅੰਪਾਇਰ ਸੀ ਚਾਹੇ ਨਾਦਰ ਸ਼ਾਹ ਹੋਰ ਇਹਨਾਂ ਦੇ ਹਮਲਿਆਂ ਨੇ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਸੀਗਾ ਪਰ ਫਿਰ ਵੀ ਜਿਹੜੇ ਸੀਗੇ ਇਹ ਅਮੀਰ ਰਹੇ ਸੋ ਪੰਜਾਬ ਪਰ ਜਦ ਅਹਿਮਦ ਸ਼ਾਹ ਅਬਦਾਲੀ ਦੇ ਫਿਰ ਹਮਲਿਆਂ ਨੇ बार-बार ਹਮਲਿਆਂ ਨੇ ਬਾਰ ਬਿ ਕਾਉਨੋਮੀ ਤਬਾਹ ਕਰ ਦਿੱਤੀ ਖੇਤੀ ਤਬਾਹ ਹੋ ਗਈ ਜਾ ਕੇ ਟਰੇਡ ਤਬਾਹ ਹੋ ਗਿਆ ਜਾ ਕੇ ਵਪਾਰੀ ਦੌੜ ਗਏ ਇਥੋਂ ਆਪ ਸਾਰੇ ਇਥੋਂ ਦੌੜ ਗਏ ਬੜੇ ਜਿਹੜੇ ਸਿਕਾਂ ਨੂੰ ਉਹ ਕਿਹਾ ਦੂਜੇ ਕੇ ਸਾਰੇ ਇਥੋਂ ਚਲੇ ਗਏ ਡਰਦੇ ਜਾ ਕੇ ਸੋ ਇੱਕ ਤਾਂ ਉਹਦੇ ਹਮਲਿਆਂ ਦਾ ਅਸਰ ਇਹ ਹੋਇਆ ਕਿ ਇਕਨੋਮੀ ਤਬਾਹ ਹੋ ਗਈ ਪੰਜਾਬ ਦੀ ਇਕਨੋਮੀ ਤਬਾਹ ਹੋ ਗਈ ਦੂਜਾ ਉਹਦਾ ਅਸਰ ਇਹ ਪਿਆ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤਬਾਹ ਹੋ ਗਈ ਕੋਈ ਪ੍ਰਬੰਧਕ ਇਹ ਨਾ ਰਹਿ ਜਾ ਕੇ ਜੀ ਦਫਤਰ ਕੰਮ ਕਰਨੋਂ ਹਟ ਗਏ ਜਾ ਕੇ ਕਿਸੇ ਦਾ ਕੋਈ ਪਤਾ ਨਹੀਂ ਹੈ ਕਿ ਸੜਕਾਂ ਦਾ ਧਿਆਨ ਕਿੰਨਾ ਰੱਖਣਾ ਲੋਕਾਂ ਦਾ ਧਿਆਨ ਕੋਈ ਪ੍ਰਸ਼ਾਸਨ ਸਾਰਾ ਮੁਗਲਾਂ ਦਾ ਸੀ ਸਾਰਾ ਮੁਗਲਾਂ ਦੀ ਸੀ ਉਹ ਤਬਾਹ ਹੋ ਗਿਆ ਸਾਰਾ ਹੀ ਜਾ ਕੇ ਉਹਦੇ ਵਿੱਚ ਗਾਹਾਂ ਕੋਈ ਰਿਪਲੇਸਾਂ ਸੀ ਕਰ ਸਕਿਆ ਮਿਸਲਾਂ ਕੋਲ ਕੋਈ ਤਾਂ ਹੈ ਨਾ ਸੀ ਇੱਕ ਤਾਂ ਦੂਜਾ ਇਹਦੇ ਚ ਸੋਸ਼ਲ ਅਸਰੇ ਦੇ ਵਿੱਚ ਇਹ ਪਏ ਲੋਕ ਬਹੁਤ ਬੇਦਰਦ ਜਾਇ ਹੋ ਗਏ ਅੱਛਾ ਹਾਂ ਜਿੱਦਾਂ ਲੋਕਾਂ ਦੇ ਵਿੱਚ ਦਇਆ ਭਾਵ ਜਿਹੜਾ ਹੁੰਦਾ ਸੀ ਇਹ ਸੀ ਇਹ ਸਾਰੇ ਇਕੱਠੇ ਲੁੱਟ ਮਾਰਾਂ ਬਗਦੇ ਜਾਂ ਇਦਾਂ ਨੀਆਂ ਮਸਾਲਾਂ ਬਹੁਤ ਆਉਂਦੀਆਂ ਪਏ ਜਿਹੜੇ ਵਿਧਵਾ ਜਾਂ ਬੇਵਾਹ ਔਰਤਾਂ ਸੀਗੀਆਂ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਘਰਾਂ ਨੂੰ ਲੁੱਟਣ ਲੱਗ ਪਏ ਜਾ ਕੇ ਇਹਦਾ ਇਹਦੇ ਮਗਰ ਕਿਹੜਾ ਕੋਈ ਹੈਗਾ ਜਿਹਦੇ ਮਗਰ ਚਾਰ ਬੰਦੇ ਹੁੰਦੇ ਸੀਗੇ ਉਹ ਤੋੜਾ ਜਿਹਾ ਚੱਲਦਾ ਬਾਕੀ ਜਿਹੜੇ ਉਹ ਲੈ ਕੇ ਤੂੰ ਜਿਹਨੂੰ ਲੁੱਟਣ ਲੱਪੈਂਦਾ ਸੀਗਾ ਜਾ ਕੇ ਸਾਰਾ ਪੰਜਾਬ ਦਾ ਮਾਹੌਲ ਇਦਾਂ ਦਾ ਬਣ ਗਿਆ ਲੋਕ ਬੇਦਰਦ ਹੋ ਗਏ ਪਰ ਇੱਕ ਹੋਇਆ ਵੀ ਬਹੁਤ ਹਿੰਦੂ ਮੁਸਲਮਾਨ ਇਕੱਠੇ ਬਹੁਤ ਹੋ ਗਏ ਹਿੰਦੂ ਮੁਸਲਮਾਨ ਦੀ ਜੜੀਆ ਉਹ ਲੜਾਈ ਨਹੀਂ ਹੋਈ ਹੈ ਜਾ ਕੇ ਕਿਉਂਕਿ ਉਹ ਸਾਂਝੇ ਪੁੱਟ ਹੋਏ ਜਾ ਕੇ ਵਿਕਟਮ ਸੀਗੇ ਹਾਂ ਉਹ ਪਰ ਜਿਹੜਾ ਗੁੰਡਾਗਰਦੀ ਉਹ ਹੀ ਗੁੰਡਾਗਰਦੀ ਸਾਰਿਆਂ ਨੇ ਕੀਤੀ ਉਹ ਤਾਂ ਮੈਂ ਸੁਣਿਆ ਵੀ ਜਿਹਦੇ ਘਰ ਚ ਮਰਦ ਜ਼ਿਆਦਾ ਨੇ ਬੰਦੇ ਜ਼ਿਆਦਾ ਨੇ ਘੋੜਿਆਂ ਵਾਲੇ ਉਹੀ ਉਹ ਇਕੱਠੇ ਹੋਰ ਕਰ ਲੈਂਦੇ ਉਹੀ ਲਈ ਫਿਰਦੇ ਸੀ ਉਹੀ ਲੁੱਟਮਾਰ ਪਿੰਡਾਂ ਦੇ ਵਿੱਚ ਡਾਕੂਆਂ ਦੇ ਲੁਟੇਰਿਆਂ ਦੇ ਗੈਂਗ ਫਿਰਦੇ ਹੁੰਦੇ ਸੀ ਜਿਹੜੇ ਰਾਤ ਨੂੰ ਜਾ ਕੇ ਫਿਰ ਲੁੱਟਦੇ ਹੁੰਦੇ ਸੀਗੇ ਇਹ ਇਹਦੇ ਹਮਲਿਆਂ ਦਾ ਅਸਰ ਸਕੇ ਜਾ ਕੇ ਐਮ ਸ਼ਬਦ ਅਲੀ ਦਾ ਕੋਈ ਲਾਈਨ ਆਰਡਰ ਨਹੀਂ ਆਰਡਰ ਨਹੀਂ ਰਿਹਾ ਇਸ ਗੱਲ ਕਰਕੇ ਆਹ ਆਹ ਪੰਜਾਬ ਦਾ ਹਾਲ ਹਾਲ ਹੋ ਗਿਆ ਜਾ ਕੇ ਜਣੀ ਨੈਤਿਕਤਾ ਵੀ ਖਤਮ ਹੋ ਗਈ ਜਾ ਕੇ ਕੋਈ ਰਹਿ ਨਹੀਂ ਜਾ ਕੇ ਇਦਾਂ ਵੀ ਕੋਈ ਵੈਲਿਊਜ਼ ਹੈਗੀਆਂ ਲਾਈਫ ਦੀਆਂ ਕੋਈ ਸਦਾਚਾਰ ਹੈਗਾ ਕੋਈ ਇਦਾਂ ਦਾ ਨਹੀਂ ਰਿਹਾ ਹੋ ਹੀ ਰਹਿ ਗਏ ਲੋਕਾਂ ਦੇ ਵਿੱਚ ਵੀ ਜਾ ਕੇ ਜਿੱਦਾਂ ਇਹ ਇਹ ਹਾਜ਼ਰ ਆਪਾਂ ਕਹਿੰਦੇ ਹੁੰਦੇ ਆਂ ਕਿ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ ਜੇ ਉਹ ਲੁੱਟ ਕੇ ਲੋਕਾਂ ਦੇ ਜੋ ਹੈਗਾ ਖਾ ਪੀ ਲੋ ਬਾਕੀ ਤੇ ਮਰਨ ਨਾਲ ਇਹਨਾਂ ਦੀ ਲੁੱਟ ਲੈਣਾ ਮਗਰੋਂ ਇਹ ਹਾਲ ਸੀ ਕਿ ਉਹਦੇ ਹਮਲਿਆਂ ਦਾ ਅਸਰ ਇਹ ਇਹ ਪਿਆ ਜਾ ਗਿਆ ਬਾਕੀ ਉਹਦੇ ਨਾਲ ਅਸੀਂ ਇਹ ਇਹ ਦੇਖ ਸਕਦੇ ਆਂ ਜੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਜੇ ਪੋਲਿਟਿਕਲ ਅਸਰ ਦੇਖੋ ਉਹ ਬਹੁਤੇ ਤਾਂ ਆਪਾ ਕਰ ਲਿਆ ਪਰ ਫੇਮਰ ਰੀਪੀਟ ਕਰਦੇ ਆ ਉਹ ਪੋਲਿਟਿਕਲ ਅਸਰ ਉਹਦੀ ਇਹ ਆ ਐਂਡ ਆਫ ਮਰਾਠਾ ਪਾਵਰ ਇੱਕ ਪੰਜਾਬ ਦੇ ਵਿੱਚ ਉਹਦੀ ਮਰਾਠਿਆਂ ਦਾ ਅਸਰ ਖਤਮ ਕਰ ਦਿੱਤਾ ਜਾਗੇ ਹਾਂ ਨਹੀਂ ਖਤਮ ਹੋਣਾ ਨਹੀਂ ਇਹ ਵੀ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਐਂਡ ਆਫ ਮੁਗਲ ਪਾਵਰ ਇਹ ਵੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਅਸਰ ਆ ਕਿ ਉਹਨੂੰ ਮੁਗਲਾਂ ਦਾ ਵਿੱਚੋਂ ਬਿਲਕੁਲ ਹੀ ਸੱਤਿਆਨਾਸ਼ ਕਰਕੇ ਰੱਖ ਦਿੱਤਾ ਇਥੋਂ ਕੱਢ ਦਿੱਤੇ ਜਾ ਕੇ ਉਹ ਖਤਮ ਕਰ ਦਿੱਤੇ ਪੰਜਾਬ ਦੇ ਵਿੱਚ ਹੋ ਗਈ ਆ ਬਾਕੀ ਜਿਹੜੀ ਇਸ ਹਮਲੇ ਨੇ ਪੰਜਾਬੀ ਇਕਤਾ ਨੂੰ ਜਨਮ ਦਿੱਤਾ ਪੰਜਾਬੀ ਇਕਤਾ ਬਹੁਤ ਹੋ ਗਈ ਇਸੇ ਕਿਸੇ ਕਿਸੇ ਸਮੇਂ ਦੇ ਵਿੱਚ ਵੀ ਇੰਨੀ ਇਕਤਾ ਪੰਜਾਬੀ ਨਹੀਂ ਸੀ ਲੋਕ ਜਿਹੜੇ ਸੀਗੇ ਉਹ Hindu ਸਿੱਖ ਵੀ ਸਾਰੇ ਮੁਸਲਮਾਨ ਮਜ਼ਾਰਾਂ ਤੇ ਜਾਣ ਲੱਪੇ ਜਾਂਦੇ ਸੀ ਮੁਸਲਮਾਨ ਮਜ਼ਾਰਾਂ ਤੇ ਮੱਥੇ ਟੇਕਣੇ ਜਾ ਕੇ ਉੱਥੇ ਵੀ ਸੀ ਉਹਨਾਂ ਤੋਂ ਵੀ ਮੰਨਤਾ ਆਪਣੀਆਂ ਰੱਖਣੀਆਂ ਮੰਗਲ ਲੈਣੇ ਕੋਈ ਇਦਾਂ ਦਾ ਫਿਕਰ ਫਿਕਰ ਨਹੀਂ ਸੀ ਕਿਉਂਕਿ ਇਹ ਸਾਰੇ ਦੌਰਾਨ ਦੇ ਵਿੱਚ ਕਿਸੇ ਵੀ ਪੰਜਾਬੀ ਮੁਸਲਮਾਨ ਨੇ ਕਿਸੇ ਵੀ ਦੂਜੇ ਧਾਰਮਿਕ ਸਥਾਨ ਦੀ ਬੇਹਰਮਤੀ ਜਾਂ ਬੇਅਦਬੀ ਨਹੀਂ ਕੀਤੀ ਹਮ ਅਮਨ ਸ਼ਾਹ ਅਬਦਾਲੀ ਨੇ ਟਾਏ ਆ ਕੇ ਜਾਂ ਕੇ ਮੰਦਿਰ ਟਾਏ ਹਰਮੰਦਰ ਸਾਹਿਬ ਵੀ ਕਈ ਵਾਰ ਉਹਨਾਂ ਟਾਏ ਜਾ ਕੇ ਪੰਜਾਬੀ ਮੁਸਲਮਾਨ ਨੇ ਐਟ ਵੀ ਨਹੀਂ ਮਾਰੀ ਜਾ ਕੇ ਇਸ ਕਰਕੇ ਜਿਹੜਾ ਹੈਗਾ ਆਪਸੀ ਜਿਹੜਾ ਸਹਿਯੋਗ ਸੀਗਾ ਉਹ ਜਿਹੜਾ ਕਹਿੰਦੇ ਪੰਜਾਬ ਹਿਸਤੀ ਵੀ ਸਭ ਤੋਂ ਵੱਧ ਜੇ ਇਹ ਹੋਵੇ ਤਾਂ ਉਸ ਟਾਈਮ ਦੇ ਵਿੱਚ ਹੋਇਆ ਹਮ ਹਮ ਉਹ ਅਸਰ ਕਿਹਦਾ ਸੀ ਉਹ ਅਮਨ ਸ਼ਾਹ ਅਬਦਾਲੀ ਦਾ ਸੀ ਉਹਨੂੰ ਸਾਂਝੇ ਕੁੱਟੇ ਸਾਰੇ ਇਹ ਜਾਗੇ ਉਜਾ ਉਹਦੇ ਹਮਲਿਆਂ ਤੋਂ ਬਾਅਦ ਉਹਦੇ ਅਸਰਾਂ ਤੋਂ ਬਾਅਦ ਜਿਹੜੀ ਤੁਸੀਂ ਦੱਸੀ ਆ ਉਸ ਐਟਮੋਸਫੀਅਰ ਦੇ ਵਿੱਚ ਫਿਰ ਮਿਸਲਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਉਸ ਦਾ ਫਾਇਦਾ ਉਠਾਇਆ ਹੁਣ ਤੁਸੀਂ ਕੀ ਕਹਿੰਦੇ ਹੁੰਦੇ ਆ ਦੁੱਖ ਦੀ ਤੇ ਹੱਥ ਰੱਖ ਦੋ ਜਾ ਕੇ ਹੁਣ ਮੈਂ ਤਿੰਨ ਸਾਲ ਤੁਹਾਨੂੰ ਮੈਂ ਗੱਲ ਦੱਸ ਹੁਣ ਮਿਸਲਾਂ ਦਾ ਰਾਜ ਆ ਗਿਆ ਹੁਣ ਇਹ ਆਪਾਂ ਨੂੰ ਹਿਸਟਰੀ ਦਾ ਪੱਖਿਆ ਇਹ ਦੱਸਣਾ ਪੈਣਾ ਕੋਈ ਇਹ ਲਕੋਣ ਵਾਲੀ ਗੱਲ ਨਹੀਂ ਜਿੱਥੇ ਮਿਸਲਾਂ ਦੀ ਇੰਨੀ ਬਹਾਦਰੀ ਸੀ ਜਿੱਦਾਂ ਮਿਸਲਾਂ ਨੇ ਜਾ ਕੇ ਇਹ ਕਿ ਮੁਗਲ ਵੀ ਹਰਾਏ ਅਹਿਮਦ ਸ਼ਾਹ ਅਬਦਾਲੀ ਵੀ ਹਰਾਇਆ ਔਰ ਪੰਜਾਬੀ ਕਿਸਾਨੀ ਦਿੱਤੀ ਪੰਜਾਬ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਜਾ ਕੇ ਮਜ਼ਾਰਿਆਂ ਨੂੰ ਮਾਲਕ ਬਣਾਇਆ ਜਿਹੜੇ ਹੁਣ ਤੱਕ ਬਣੇ ਆ ਉੱਥੇ ਹੁਣ ਮੈਂ ਦਾਲ ਦੱਸਾਂ ਕਿ ਮਿਸਲਾਂ ਦੀ ਜਿਹੜੀ ਐਡਮਨਿਸਟ੍ਰੇਸ਼ਨ ਸੀ ਵਰਸਟ ਐਡਮਨਿਸਟ੍ਰੇਸ਼ਨ ਸੀ ਅੱਛਾ ਮਿਸਲ ਜਿਹੜੇ ਮੁਸਾਲਦਾਰ ਜਾਂ ਮਿਸਲਾਂ ਸੀਗੀਆਂ ਜਾ ਕੇ ਜਾ ਕੇ ਇਹ ਫਰਸਟ ਕਲਾਸ ਫਾਈਟਰ ਸੀਗੇ ਥਰਡ ਕਲਾਸ ਐਡਮਿਨਿਸਟਰੇਟਰ ਸੀਗੇ ਔਰ ਇੱਕ ਮਿਸਲ ਚ ਦੂਜੇ ਮਿਸ ਫਿਫਥ ਵੀ ਹੋ ਜਾਂਦਾ। ਫਿਰ ਸਾਹਿਬ ਇਹ ਜਾਨੀ ਲੜਾਕੇ ਸੀਗੇ ਨੰਬਰ 1 ਦੇ ਤੇ ਪ੍ਰਬੰਧਕ ਸੀਗੇ ਨੰਬਰ 10 ਦੇ 3rd ਕਲਾਸ। ਇਨੀ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਕੀਤੀ ਉਸ ਵੇਲੇ ਜਦ ਰਾਜ ਹੱਥ ਵਿੱਚ ਆ ਗਿਆ। ਉਸ ਵੇਲੇ ਮੁੜ ਕੇ ਉਹ ਹੀ ਜਗੀਰਦਾਰੀ ਸਿਸਟਮ ਵੱਲੋਂ ਤਰ੍ਹਾਂ ਪੈਹ ਜਾ ਕੇ ਜੀ। ਉਹ ਹੀ ਜਗੀਰਦਾਰਾਂ ਨੇ ਆਪਣੇ ਬੜਵੜੀਆਂ ਹਵੇਲੀਆਂ ਬਣਾ ਲਈਆਂ। ਬڑے بڑے ਹਵੇਲੀਆਂ ਦੇ ਵਿੱਚ ਨਾਚ ਰੰਗ ਹੋਣ ਲੱਗ ਪਏ ਜਾ ਕੇ ਜਿੰਨਾਂ ਦੇ ਸੀਗੇ ਜੀ ਉਹੋ ਹੀ ਕੁਝ ਜਾ ਕੇ ਉਹੋ ਹੀ ਆਪਣੇ ਬੰਦੇ ਨੂੰ ਜ਼ਗੀਰਾਂ ਵੰਡਣ ਲੱਗ ਪਏ ਜਾ ਕੇ ਉਹ ਜ਼ਗੀਰਾਂ ਦੇ ਦਿੱਤੀਆਂ ਜਾ ਕੇ ਤਾਂ ਉਹ ਸਾਰੇ ਜਿਹੜੇ ਹੈਗੇ ਫੇਜ਼ਗੀਰਦਾਰੀ ਸੀ ਹੁਣ ਕਈ ਬੰਦੇ ਸਵਾਲ ਕਰਦੇ ਆ ਜੀ ਵੀ ਤੁਸੀਂ ਕਹਿੰਦੇ ਜ਼ਗੀਰਦਾਰੀ ਸਿਸਟਮ ਖਤਮ ਕੀਤਾ ਜ਼ਗੀਰਦਾਰੀ ਅੰਗਰੇਜ਼ਾਂ ਦੇ ਟਾਈਮ 'ਵੀ ਸੀ ਉਹ ਮੁੜ ਕੇ ਰਿਵਾਈਵ ਹੋਈ ਉਹ ਦਫੇ ਉਹ ਤੇ ਉਹ ਰਿਵਾਈਵ ਹੋਈ ਜਾ ਕੇ ਰਣਜੀਤ ਸਿੰਘ ਨੇ ਮਿਸਰਾ ਨੇ ਨਹੀਂ ਕੀਤੀ ਮਿਸਰਾ ਨੇ ਸ਼ੁਰੂ ਕੀਤਾ ਰਣਜੀਤ ਸਿੰਘ ਨੇ ਵੀ ਕੀਤੀਆਂ ਰਣਜੀਤ ਸਿੰਘ ਨੇ ਵੀ ਜ਼ਗੀਰਾਂ ਵੰਡੀਆਂ ਫੇਰ ਬਾਅਦ ਠੀਕ ਉਹ ਮਿਸਲਾਂ ਨੇ ਫੇਰ ਉਹ ਹੀ ਕੰਮ ਸ਼ੁਰੂ ਕਰ ਦਿੱਤਾ ਸੋ ਮਿਸਲਾਂ ਨੇ ਜਿਹੜਾ ਹੈਗਾ ਆ ਕੋਈ ਰਾਖੀ ਸਿਸਟਮ ਕੀਤਾ ਰਾਖੀ ਸਿਸਟਮ ਕੀਤਾ ਹੈਗਾ ਚੱਲਦਾ ਤੇ ਬਈ ਤੁਸੀਂ ਸਾਨੂੰ ਇਦਾਂ ਕਰੋ ਕਿ ਅਸੀਂ ਤੁਹਾਡੀ ਪ੍ਰੋਟੈਕਸ਼ਨ ਕਰਾਂਗੇ ਸਾਨੂੰ ਪੰਜਵਾਂ ਹਿੱਸਾ ਦਿਓ ਹੂੰ ਪੰਜਵਾਂ ਹਿੱਸਾ ਦਿਓ ਤੇ ਉਹ ਪੰਜਵਾਂ ਹਿੱਸਾ ਜਿਹੜਾ ਸੀਗਾ ਉਹ ਲੈ ਕੇ ਉਹ ਜਿੰਨਾ ਕਹਿੰਦਾ ਸੀ ਬਸ ਉਹਦੇ ਨਾਲ ਐਸੀ ਹੁੰਦੀ ਸੀ ਸਾਰੀ ਹੁਣ ਤੁਸੀਂ ਦਸ਼ਾ ਸੁਣੀ ਵੀ ਹੋਵੇ ਜਾਂ ਨਾ ਹੋਵੇ ਜਾ ਕੇ ਪਰ ਮੈਂ ਜ਼ਰੂਰ ਸੁਣੀ ਆ ਹੁਣ ਤੇ ਲੋਕ ਨਹੀਂ ਸੁਣੀ ਹੋਗੇ ਇੱਕ ਲਫ਼ਜ਼ ਕੋਇਨ ਹੋਇਆ ਸੀ ਸਿੱਖਾशाही ਸਿੰਧਾशाही ਹਾਂ ਸਿੰਧਾशाही ਉਹ ਬੈਡ ਸੈਂਸ ਵਿੱਚ ਸੀਗਾ 네ਗੇਟਿਵ ਸੀਗਾ ਹੋ ਜਾ ਕੇ ਬਈ ਸਿੱਖਾशाही ਤਾਂ ਉਹ ਕੀ ਇਹ ਐਸ ਟਾਈਮ ਦੇ ਵਿੱਚ ਕੋਇਨ ਹੋਇਆ ਹੋ ਲਫ਼ਜ਼ ਅੱਛਾ ਹਾਂ ਜਸ ਇੱਕ ਜਿਹੜੀਆਂ ਜ਼ਿਆਦਾ ਸਿੰਧਾशाही ਰਾਜ ਵਿੱਚ ਸੁਣੇ ਸਿੱਖਾशाही ਸਾਡੇ ਦੋਆਬੇ ਸਿੱਖਾ ਤੁਹਾਡੇ ਸਿੰਗਾ ਚ ਹੋ ਗਿਆ ਸਿੱਖਾशाही ਲਫ਼ਜ਼ ਉਹ ਹੈ ਕਿ ਜਿਸ ਵੇਲੇ ਬੈਡ ਰੂਲ ਆਇਆ ਜਾ ਕੇ ਉਸ ਵੇਲੇ ਹਾਲਤ ਕੀ ਸੀਗਾ ਉਸ ਵੇਲੇ ਹਾਲਤ ਮੇਰੇ ਬਾਬੇ ਉਹ ਨਹੀਂ ਦੱਸਦੇ ਆ ਉਹ ਕਹਿੰਦੇ ਮੇਰੇ ਬਾਬੇ ਨੇ ਮੈਨੂੰ ਦੱਸਿਆ ਸੀ ਇਹ ਗੱਲ ਜਾ ਕੇ ਵੀ ਉਹ ਇਦਾਂ ਹੁੰਦੀ ਹੁੰਦੀ ਸੀ ਕਹਿੰਦੇ ਵੀ ਜਿਹੜੇ ਸੋਲਜਰ ਸਗੇ ਉਹ ਦਧੂਨੇ ਦੁੱਧੇ ਚੱਕ ਕੇ ਲੈ ਜਾਂਦੇ ਹੁੰਦੇ ਸੀਗੇ ਜਾ ਕੇ ਘਰਾਂ ਦੇ ਵਿੱਚੋਂ ਜਾ ਕੇ ਇਹ ਲੈ ਜਾਂਦੇ ਸੀ ਉਹ ਕਹਿੰਦੇ ਮਚਾਨ ਲੈ ਉਸੇ ਬੈਠੇ ਦੇਖਦੇ ਹੁੰਦੇ ਸੀ ਵੀ ਜੇ ਕਿਤੇੋਂ ਧੂਆ ਨਿਕਲਿਆ ਧੂਆ ਨਿਕਲਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਜੱਟ ਛਲੀਆਂ ਭੁੰਦੇ ਆ ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰੋ ਛਲੀਆਂ ਭੁੰਦੇ ਆ ਉਹ ਗ੍ਰਿਫਤਾਰ ਕੀਤੇ ਜਾਂਦੇ ਸੀ ਗ੍ਰਿਫਤਾਰ ਕਿਉਂ ਕੀਤੇ ਜਾਂਦੇ ਸੀ ਉਹ ਕਹਿੰਦੇ ਸੀ ਇਹ ਸਟੇਟ ਦਾ ਸ਼ੇਅਰ ਹੈ ਇਹਦੇ ਵਿੱਚ ਆ ਯਾਰੀ ਛੱਲੀ ਆ ਤੁਸੀਂ ਇਹ ਇਹਦੇ ਵਿੱਚ ਸਟੇਟ ਨਹੀਂ ਸਟੇਟ ਨਹੀਂ ਆ ਛੱਲੀ ਪੰਜਵਾਂ ਐਸਾ ਸਟੇਟ ਆ ਮਗਰੋਂ ਤਾਂ ਫੇ ਬਟਾਈ ਹੋ ਗਈ ਸੀ ਮਗਰੋਂ ਮਗਰੋਂ ਤਾਂ ਜਿਹੜੇ ਮਿਸਾਲਦਾਰ ਸੇ ਅੱਧਾ ਅੱਧੇ ਲੈਂਡ ਲਾ ਪੈ ਸੀ ਇਹ ਬਟਾਈ ਕਰ ਲਈ ਬਟਾਈ ਕਰ ਲਈ ਸੀ ਅੱਧੇ ਲੈਂਡ ਲਾ ਕੇ ਪੈ ਸੀ ਸੋ ਉਹ ਜਿਹੜੇ ਸਗੇ ਫਿਰ ਕਿਸਾਨਾਂ ਦਾ ਉਹ ਕੰਜ਼ਿਊਮਰ ਕੱਢਿਆ ਜਾ ਕੇ ਉਹ ਨਹੀਂ ਜਾ ਕੇ ਤੇ ਬਹੁਤ ਅਤ ਦੀ ਗਰੀਬੀ ਛਾ ਗਈ ਉਹਦੇ ਵਿੱਚ ਜਾਣ ਲੋਕ ਫਿਰ ਡਾਕਿਆਂ ਨੂੰ ਕਿੰਨਾਂ ਤੁਰਨ ਲੱਗ ਪਏ ਇਦਾਂ ਜਿਹੜੇ ਆ ਹਾਇਰਾ ਚੰਗਾ ਆ ਸੋ ਉਹ ਜਿਹੜਾ ਰਾਜ ਪ੍ਰਬੰਧ ਕੀਤਾ ਜਾ ਕੇ ਰਾਜ ਪ੍ਰਬੰਧ ਮਿਸਰਾਂ ਨੇ ਜਿਹੜਾ ਹੈਗਾ ਬਹੁਤ ਮਹਾਰਾਜ ਪ੍ਰਬੰਧ ਕੀਤਾ ਜਾ ਗਿਆ ਜੀ ਔਰ ਉਸ ਰਾਜ ਪ੍ਰਬੰਧ ਤੋਂ ਲੋਕਾਂ ਨੇ ਦੁਖੀ ਹੋਏ ਨੇ ਜਾ ਕੇ ਫਿਰ ਅਸੀਂ ਸਾਨੂੰ ਪਤਾ ਜਦ ਮਹਾਰਾਜ ਰਣਜੀਤ ਸਿੰਘ ਨੂੰ ਜਾ ਕੇ ਫਿਰ ਸੱਦਾ ਵੀ ਦਿੱਤਾ ਜਾ ਕੇ ਫਿਰ ਆਓ ਇਹ ਸਾਨੂੰ ਇਹ ਛਟਕਾਰਾ ਦਿਵਾਓ ਇੱਥੇ ਜਾ ਕੇ ਸੋ ਮਿਸਲ ਜਿਹੜੇ ਸੇ ਬਹੁਤ ਗੁੱਡ ਫਾਈਟਰ ਸੀਗੇ ਬਾਹਰਲੇ ਹਮਲੇ ਨਾਲ ਬਹੁਤ ਵਧੀਆ ਲੜਿਆ ਸੋ ਉਹੀ ਗੱਲ ਸੀ ਵੀ ਜਦ ਬਾਹਰਲਾ ਖਤਰਾ ਆਉਂਦਾ ਸੀ ਤਾਂ ਇਕੱਠੇ ਹੋ ਜਾਂਦੇ ਸੀ ਨਹੀਂ ਤਾਂ ਆਪਸ ਵਿੱਚ ਲੜਦੇ ਸੀ ਬਲੀਗਲ ਆ ਜਾਈ ਤੁਸੀਂ ਕਹੀਏ ਮੈਨੂੰ ਚੇਤਾ ਭੁੱਲ ਗਿਆ ਜੀ ਆਪਸ ਵਿੱਚ ਲੜਦੀਆਂ ਸੀ ਮਿਸਲਾਂ ਫਿਰ ਮਿਸਲਾਂ ਇੱਕ ਵੀ ਅਸਲ ਦੂਜੇ ਦੇ ਮਿਸਲ ਤੇ ਲੜਦੀ ਸੀ ਉਹਦੇ ਸੋਲ ਚ ਰੋਹ ਭੰਨ ਕੇ ਲਿਆਉਂਦੇ ਹੁੰਦੇ ਸੀਗੇ ਜੇ ਮਿਸਲਾਂ ਦੀ ਆਪਸੀ ਲੜਾਈ ਨੇ ਪੰਜਾਬ ਨੂੰ ਹੋਰ ਕਮਜ਼ੋਰ ਕੀਤਾ ਔਰ ਹੋਰ ਖਰਾਬ ਕੀਤਾ ਜਿਹੜੇ ਆਪਸ ਵਿੱਚ ਲੜਦੇ ਲੋਕਾਂ ਦਾ ਕਚੂਮਰ ਨਿਕਲ ਗਿਆ ਇਹਦੇ ਵਿੱਚ ਉਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪਿਤਾ ਜੀ ਸੀ ਉਹ ਕਿਹੜੀ ਮਿਸਲ ਸੀ ਉਹ ਸ਼ੁਕਰਚੱਕਿਆ ਜੀ ਅੱਛਾ ਸ਼ੁਕਰਚੱਕਿਆ ਮਿਸਲ ਫੇ ਵੀ ਕਹਿੰਦੇ ਥੋੜੀ ਜਿਹੀ ਚੰਗੀ ਸੀ ਬਾਕੀ ਅੱਛਾ ਉਹ ਜਿਹੜੇ ਇੱਕ ਹੋਰ ਦੇ ਕੇ ਜਿਹੜੀ ਮਿਸਲਾਂ ਦੇ ਵਿੱਚ ਜਿਹੜਾ ਉਹ ਸਪਿਰਿਟ ਸੀ ਲੜਨ ਦੀ ਨਾ ਜੀ ਉਹ ਉਹ ਨਿਕਲ ਗਈ ਵਿੱਚੋਂ ਇੱਕ ਤਾਂ ਨਿਕਲ ਗਈ ਇਸ ਕਰਕੇ ਇੱਕ ਤਾਂ ਉਹ ਲੀਡਰ ਬੁੱਢੇ ਹੋ ਗਏ ਜਿਹੜੇ ਪਹਿਲੇ ਡੈਡੀਕੇਟਿਡ ਲੀਡਰ ਸੀ ਬਾਕੀ ਹੋਈਆਂ ਜਿਹੜੇ ਅਸ਼ੋਸ਼ਰਤ ਜਿਹੜੇ ਕਮਿਟਡ ਸੀ ਕਿਸੇ ਕਾਸ ਲਈ ਜਿਹੜੇ ਕਿਸੇ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਕਮਿਟਡ ਸੀ ਆਜ਼ਾਦੀ ਦੇ ਕੁਲਾਈਟੀ ਸੀ ਯੋਧੇ ਸੀ ਆਜ਼ਾਦੀ ਦੇ ਉਹ ਕੁਝ ਮਰ ਗਏ ਉਹਨਾਂ ਵਿੱਚੋਂ ਕੁਝ ਉਹ ਜਿਹੜੇ ਹੈਗੇ 올ਡ ਹੋ ਗਏ ਬੁਢੇ ਹੋ ਗਏ ਉਹ ਨਵੀਂ ਲੀਡਰਸ਼ਿਪ ਆ ਗਈ ਨਵੀਂ ਲੀਡਰਸ਼ਿਪ ਇਹਨਾਂ ਦਾ ਰਾਜ ਪ੍ਰਬੰਧ ਦੇਖਿਆ ਸੀ ਸਾਰਾ ਵੀ ਰਾਜ ਇੰਦਾ ਕਰੀਦਾ ਇੰਦਾ ਐਸ਼ ਕਰੀਆ ਬੜੀਆਂ ਹਵੇਲੀਆਂ ਦੇ ਵਿੱਚ ਜਾ ਕੇ ਸੋ ਪੁਰਾਣੀ ਲੀਡਰਸ਼ਿਪ ਦੇ ਖਤਮ ਹੋਣ ਦੇ ਨਾਲ ਨਵੀਂ ਲੀਡਰਸ਼ਿਪ ਦੇ ਵਿੱਚ ਉਸ ਫਿਟ ਨਾਲ ਉਹ ਨਹੀਂ ਪੰਜਾਬ ਦਾ ਕੰਮ ਨਹੀਂ ਕੀਤਾ ਜਿੱਦਾਂ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਕੰਮ ਕੀਤਾ ਆਜ਼ਾਦੀ ਆਉਣ ਤੱਕ ਜਿਹੜੀ ਸੀਗੀ ਮਿਸਰ ਦਾ ਕਰਦਾਰ ਨੰਬਰ 1 ਪਰ ਆਜ਼ਾਦੀ ਤੋਂ ਬਾਅਦ ਯਾਰ ਰਾਜ ਸਤਾ ਹੱਥ ਵਿੱਚ ਆ ਗਈ ਫਿਰ ਉਸ ਫਿਟ ਨਾਲ ਕੰਮ ਨਹੀਂ ਹੋਇਆ ਫਿਰ ਉਦਾਂ ਦਾ ਰਾਜ ਪ੍ਰਬੰਧ ਨਹੀਂ ਉਹ ਦੇ ਸਕੇ ਜਿੱਦਾਂ ਦਾ ਲੋਕਾਂ ਨੂੰ ਆਸ ਸੀਗੀ ਜਾ ਕੇ ਪਹਿਮ ਸ਼ਾਹਬਦਾਲੀ ਨੂੰ ਕੱਢਾਂਗੇ ਮੁਗਲਾਂ ਨੂੰ ਕੱਢਾਂਗੇ ਫਿਰ ਇੱਥੇ ਇੱਕ ਵਧੀਆ ਰਾਜ ਹੋਊਗਾ ਆਪਣਾ ਉਹ ਉਹ ਫਿਰ ਮਿਸਲਾਂ ਨਹੀਂ ਦੇ ਸਕੀਆਂ ਰਾਜ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਹ ਰਾਜ ਦਿੱਤਾ ਹੁਣ ਤੁਸੀਂ ਇੱਕ ਗੱਲ ਦੇਖੋ ਇੱਥੇ ਦੇਖਣ ਵਾਲੀ ਗੱਲ ਆ ਜੋ ਮੈਂ ਸਾਰਾ ਪੰਜਾਬ ਦਾ ਹਾਲ ਦੱਸਿਆ ਜਾ ਕੇ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਵਿਰਸੇ ਵਿੱਚ ਇਹ ਮਿਲਿਆ ਹਮ ਹੁਣ ਉਸ ਮਹਾਨ ਬੰਦੇ ਦੀ ਮਹਾਨ ਬਾਦਸ਼ਾਹ ਦੀ ਦੇਖੋ ਜਾ ਕੇ ਜਿਹੜੇ ਇਦਾਂ ਦੇ ਰਾਜ ਨੂੰ ਸੈੱਟ ਕੀਤਾ ਯਾ ਟੁੱਟ ਪੱਜ ਸਾਰੀ ਠੀਕ ਕਰਕੇ ਕੋਈ ਕੁਛ ਨਹੀਂ ਤਿੰਨ ਸਾਹਿਬ ਜਾ ਕੇ ਉਸ ਵੇਲੇ ਜਿਸ ਵੇਲੇ ਮਹਾਰਾਜਾ ਸਾਹਿਬ ਆਏ ਆ ਉਸ ਵੇਲੇ ਨਾ ਐਡਮਿਨਿਸਟ੍ਰੇਸ਼ਨ ਨਾ ਇਕਨੋਮੀ ਨਾ ਕੋਈ ਅਨਪੜ ਕੋਈ ਪੜਿਆ ਲਿਖਿਆ ਕੋਈ ਹੈ ਹੀ ਕੁਛ ਨਹੀਂ ਹੈ ਜਾ ਕੇ ਸੋ ਮਹਾਰਾਜਾ ਸਾਹਿਬ ਨੂੰ ਜਿਹੜੀ ਵਿਰਸੇ ਵਿੱਚ ਚੀਜ਼ ਮਿਲੀ ਉਹ ਕੋਈ ਬਹੁਤ ਵਧੀਆ ਚੀਜ਼ ਨਹੀਂ ਮਿਲੀ ਹੈ ਬੇ ਇੱਕ ਬਹੁਤ ਚੱਲਦਾ ਪੁਰਜਾ ਰਾਜਪੇਰਾ ਉਹ ਸਾਰਾ ਉਹ ਨਹੀਂ ਆਪ ਕ੍ਰੀਏਟ ਕੀਤਾ ਹਮ ਸਾਰਾ ਉਹ ਨਹੀਂ ਆਪ ਉਹਨੂੰ ਜਿਹੜਾ ਹੈਗਾ ਆ ਆਪ ਇਕਨੋਮੀ ਵੀ ਆਪ ਸੈੱਟ ਕੀਤੀ ਐਡਮਿਨਿਸਟ੍ਰੇਸ਼ਨ ਵੀ ਆਪ ਬੰਦੇ ਤਾਂ ਸੀ ਮਿਲਦੇ ਉਹਨਾਂ ਨੂੰ ਤਾਂ ਉਹਨੋਂ ਪਤਾ ਨਹੀਂ ਜਿਹੜੇ ਹਿਸਾਬ ਕਰਨ ਵਾਲੇ ਨਹੀਂ ਮਿਲਦੇ ਦਿਵਾਨ ਨਹੀਂ ਮਿਲਦੇ ਹੈਗੇ ਬਾਹਰੋਂ ਲੈਂਦੇ ਬਾਹਰੋਂ ਲੈਂਦੇ ਕੋਈ ਕਿਤੇੋਂ ਲੈਂਦਾ ਕੋਈ ਕਿਤੇੋਂ ਲੈਂਦਾ ਕੋਈ ਕਾਬਲ ਤੋਂ ਲੈਂਦਾ ਕੋਈ ਦਿੱਲੀੋਂ ਲੈਂਦਾ ਕੋਈ ਉਹ ਮਰਾਟਿਆਂ ਤੋਂ ਲਿਆ ਕਿਤੇ ਕੋਈ ਕੁਝ ਆਪ ਟ੍ਰੇਨ ਕੀਤੇ ਯੂਰਪ ਤੋਂ ਲੈਂਦੇ ਯੂਰਪ ਤੋਂ ਲੈਂਦੇ ਦੂਏ ਵੀ ਲੈਂਦੇ ਸੋ ਇਹ ਜਿਹੜਾ ਸਿੰਗਾ ਉਸ ਵੇਲੇ ਇਹ ਹੋਇਆ ਨਹੀਂ ਹੈ ਸੋ ਮੇਰਾ ਇਹ ਕਹਿਣ ਤੋਂ ਮਤਲਬ ਹੈ ਕਿ ਮਿਸਲਾਂ ਦਾ ਜਿਹੜਾ ਰਾਜ ਪ੍ਰਬੰਧ ਹੈ ਉਹ ਚੰਗਾ ਨਹੀਂ ਸੀ ਹੂੰ ਪਰ ਸਭ ਦੇ ਹੁਣ ਆਪਾਂ ਕਲੋਜ਼ਿੰਗ ਦੇ ਵਿੱਚ ਪਰਟਿਕੂਲਰਲੀ ਜਿਹੜੀ ਮਿਸਲਾਂ ਦਾ ਜੋ ਵਰਤਾਓ ਰਿਹਾ ਉਸ ਸਮੇਂ ਜਿਹੜੀ ਮਿਸ ਮੈਨੇਜਮੈਂਟ ਜਾਂ ਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਘਾਟ ਰਹੀ ਉਹਨੂੰ ਫਿਰ ਕਿਸ ਰੰਗ ਦੇ ਵਿੱਚ ਬਦਲਿਆ ਗਿਆ ਇੱਕ ਤਾਂ ਆਪਾਂ ਨੂੰ ਇਸ ਗੱਲ ਤੇ ਜ਼ਰੂਰ ਕਲੀਅਰ ਰਹਿਣਾ ਚਾਹੀਦਾ ਪੇ ਪੰਜਾਬ ਨੂੰ ਜਿਹੜਾ ਆਜ਼ਾਦ ਕਰਵਾਇਆ ਉਹ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕਰਾਇਆ ਹਮ ਪੰਜਾਬ ਨੂੰ ਆਜ਼ਾਦ ਮਿਸਲਾਂ ਨੇ ਕਰਾਇਆ ਇਹ ਪੰਜਾਬ ਨੂੰ ਮਹਾਰਾਜੇ ਨੂੰ ਸਹੀ ਮੈਨੇ ਵਿੱਚ ਜਿੱਥੇ ਆਪਾਂ ਕਹਿੰਦੇ ਆ ਮਿਸਲਾਂ ਦਾ ਮਿਸਰੂਲ ਸੀਗਾ ਉੱਥੇ ਮਿਸਲਾਂ ਦੀ ਆ ਕੰਟਰੀਬਿਊਸ਼ਨ ਆ ਤੇ ਮਿਸਲਾਂ ਨੇ ਇੱਕ ਕਿਸਮ ਨਾਲ ਜਿੱਤ ਕੇ ਮਹਾਰਾਜੇ ਨੂੰ ਦਿੱਤਾ ਤੇ ਪੰਜਾਬ ਆ ਲੈ ਜਿੱਤ ਕੇ ਦਿੱਤਾ ਸੀ ਪੰਜਾਬ ਸੋ ਪੰਜਾਬ ਨੂੰ ਜਿਹੜਾ ਜਿੱਤਿਆ ਉਹ 12 ਮਿਸਲਾਂ ਨੇ ਜਿਹੜਾ ਮੇਨਲੀ ਜਿੱਤਿਆ ਇਹ ਇਹ ਇਹਦਾ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ 11 1 ਉਹਨੂੰ ਤਾਂ ਕਹਿੰਦੇ ਆ ਹਾਂ ਕਿ ਇੱਕ ਇਧਰ ਉੱਥੇ ਇਧਰ ਇਸ ਪਾਸੇ ਸੀ ਜਿੱਥੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਨਹੀਂ ਗਿਆ ਇਹ ਕਿ ਕਿ ਮਿਸਲ ਉਧਰਲੇ ਪਾਸੇ ਸੀ ਫੁਲਕੀਆਂ ਮਿਸਲ ਜਿਹੜੀ ਮਾਲ ਵੇਚ ਸੀ ਗਿਆ ਸੋ ਇਹ ਜਿਹੜਾ ਮਿਸਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਜਿੱਤਣ ਨੂੰ ਬਹੁਤਾ ਜ਼ੋਰ ਨਹੀਂ ਲਾਉਣਾ ਪਿਆ ਉਹ ਤਾਂ ਛੋਟੀਆਂ ਛੋਟੀਆਂ ਕੁਝ ਰਿਆਸਤਾਂ ਵਗੈਰਾ ਮਲਤਾਨ ਵਗੈਰਾ ਸੀ ਜਿਹੜੇ ਇਹ ਮਿਸਲਾਂ ਨੇ ਜਿੱਤ ਕੇ ਦਿੱਤਾ ਸੀ ਉਹਨਾਂ ਨੂੰ ਇਹ ਮਿਸਲਾਂ ਮਿਸਲਾਂ ਦੀ ਕੰਟਰੀਬਿਊਸ਼ਨ ਹੈ ਪੰਜਾਬ ਨੂੰ ਪੰਜਾਬ ਨੂੰ ਨਹੀਂ ਆਜ਼ਾਦ ਆਜ਼ਾਦ ਕਰਵਾਇਆ ਜਾ ਕੇ ਬਾਕੀ ਇਹ ਠੀਕ ਹੈ ਉਸ ਵੇਲੇ ਫਿਰ ਉਹ ਗੱਲ ਨਹੀਂ ਰਹੀ ਫਿਰ ਉਹ ਗੁਰਮਤੇ ਦੀ ਵੀ ਉਹ ਪੋਜੀਸ਼ਨ ਨਾ ਰਹੀ ਜਾ ਕੇ ਪਹਿਲਾਂ ਤਾਂ ਇਹ ਸੀ ਹੁੰਦਾ ਸੀਗਾ ਕਿ ਹਰ ਬੰਦਾ ਗੁਰਮਤੇ ਦੀ ਕੋਈ ਵਾਇਲੇਸ਼ਨ ਕਰੇ ਨਹੀਂ ਸੀ ਸਕਦਾ ਫਿਰ ਜਿਹੜੇ ਸਰਦਾਰ ਪਹਿਲਾਂ ਤਾਂ ਗੁਰਮਤਾ ਕਰਦੇ ਨਹੀਂ ਸੀ ਹੁੰਦੇ ਸਭ ਤੋਂ ਖਾਸ ਲਾਉਣਾ ਹੀ ਹਟ ਗਏ ਅੱਛਾ ਹਾਂ ਫਿਰ ਜੇ ਲਾਉਣਾ ਹੈਗਾ ਤਾਂ ਜਿਹਦੇ ਹਿੱਤਾਂ ਦੇ ਵਿੱਚ ਨਹੀਂ ਸੀ ਉਹ ਮੰਨਣੋਂ ਹਟ ਗਏ ਫਿਰ ਉਹ ਆਪਸ ਵਿੱਚ ਲੜਨ ਲੱਗ ਪਏ ਜਿਹੜੇ ਸੀਗੇ ਮਿਸਾਲਦਾਰ ਸੀਗੇ ਉਹ ਸੇ ਇਸ ਕਰਕੇ ਸਿਸਟਮ ਤਾਂ ਧਰਮ ਬਰਮ ਹੋ ਗਿਆ ਸਾਰਾ ਪਰ ਜਿੱਤਿਆ ਤਾਂ ਸੀ ਨਾ ਸਾਰਾ ਜਾ ਕੇ ਇਹ ਜਿੱਤਿਆ ਸਾਰਾ ਜਿਹੜਾ ਸੀਗਾ ਉਹ ਹੀ ਨਹੀਂ ਜਿੱਤਿਆ ਹੁਣ ਤੁਸੀਂ ਦੇਖੋ ਪਰ ਮੈਨੂੰ ਸੁਣਿਆ ਵੀ ਇੰਨਾ ਸੌਖਾ ਵੀ ਨਹੀਂ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂਕਿ ਉਹ ਰਜਿਸਟ ਵੀ ਕਰਨ ਵਾਲੀਆਂ ਵਿੱਚ ਪਾਕਟ ਸੀਗੀ ਮੈਂ ਤੁਹਾਨੂੰ ਦੱਸਦਾ ਉਹ ਜਿਹੜੀਆਂ ਪਾਕਟ ਸੀਗੀਆਂ ਬਹੁਤ ਜ਼ਕਾਸੂਰ ਰੱਖ ਲਗਾ ਕਸੂਰ ਸੀਗੀ ਕਿ ਪਾਕਟ ਕਹਿ ਸਕਦੇ ਆ ਜਾਂ ਪਿੱਛੇ ਇਧਰ ਮਲਤਾਨ ਸੀਗੀ ਮਲਤਾਨ ਪਾਵਰਫੁੱਲ ਸੀਗੀ ਠੀਕ ਹੈ ਪਰ ਜਿਹੜਾ ਮੇਨ ਇਲਾਕਾ ਸੀਗਾ ਜਿੱਤੇ ਮਹਾਰਾਜੇ ਨੇ ਰਾਜ ਕੀਤਾ ਉਹ ਮਿਸਲਾ ਨਹੀਂ ਜਿੱਤੇ ਐਸੇਗਾ ਪਹਿਲਾਂ ਉਹ ਜਿਹੜਾ ਲਾਹੌਰ ਅੰਮ੍ਰਿਤਸਰ ਜਿਹੜਾ ਸੀ ਇਹ ਸਾਰਾ ਮਿਸਲਾ ਨਹੀਂ ਲਾਹੌਰ ਅੰਮ੍ਰਿਤਸਰ ਖਿਆਲਕੋਟ ਗੁਜਰਾਣ ਵਾਲਾ ਇਹ ਸਾਰੇ ਇਲਾਕੇ ਨਹੀਂ ਜਿੱਤੇ ਸੀ ਨਹੀਂ ਨਹੀਂ ਜਿਹੜੀ ਮਿਸਲਾਂ ਵੀ ਸੀਗੀਆਂ ਜਿਹੜੀਆਂ ਸਿੱਖ ਲੈਡ ਮਿਸਲਾ ਸੀ ਸਿੱਖਾਂ ਦੇ ਕੰਟਰੋਲ 'ਚ ਸੀ ਹਾਂ ਉਹ इजीली ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਐਕਸੈਪਟ ਕਰ ਲਿਆ ਜਾਂ ਕਿ ਉਦੋਂ ਵੀ ਉਹਨਾਂ ਨੇ ਇਹ ਉਹਦੇ ਵਿੱਚ ਇਹ ਆ ਆਪਾਂ ਮਹਾਰਾਜਾ ਸਾਹਿਬ ਦਾ ਕਿਤੇ ਗੱਲ ਕਰਾਂਗੇ ਕਿ ਉਹਦੇ ਵਿੱਚ ਉਹ ਮਹਾਰਾਜਾ ਸਾਹਿਬ ਨੇ ਜਦ ਤੂ ਪ੍ਰੋਂਗ ਜਾਂ 3 ਪ੍ਰੋਂਗ ਪੋਲਿਸੀ ਅਪਣਾਈ ਉਣੀ ਉਹਨੇ ਇਦਾਂ ਵੀ ਕੀਤਾ ਕਈਆਂ ਨਾਲ ਤਾਂ ਨਹੀਂ ਸੁਲਾ ਕਰ ਲਈ ਹਮ ਜਿੱਦਾਂ ਹੁਣ ਇਹ ਕਪੂਰਥਲੇ ਵਾਲੇ ਦੇ ਨਾਲ ਇਹਨਾਂ ਨਾਲ ਆਲੂ ਵਾਲਿਆਂ ਨਾਲ ਸੁਲਾ ਕਰ ਲਈ ਕਹੀ ਠੀਕ ਹੈ ਨਾ ਤੇ ਉਹ ਕਈਆਂ ਨਾਲ ਜਾ ਕੇ ਉਹਨੇ ਇਦਾਂ ਦਵਾ ਵੀ ਲਿਆ ਅੱਛਾ ਤੇ ਕਈਆਂ ਨਾਲ ਰਿਸ਼ਤੇਦਾਰੀ ਕਰ ਲਈ ਜਿੱਦਾਂ ਕਨੇਕਿਆਂ ਵਿੱਚ ਸੁਲਨਾ ਕਰ ਲਈ ਨੇ ਕਈ ਮਿਸਲਨਾ ਕਰ ਲਈ ਵਿਆਹ ਹੋ ਗਿਆ ਦੂਏ ਕਰ ਲਏ ਉਹਨਾਂ ਨੂੰ ਆਪਸ ਵਿੱਚ ਕਰ ਲਿਆ ਕਬ ਤੇ ਬਹੁਤੀਆਂ ਕਈ ਜਿਹੜੀਆਂ ਬੇ ਛੋਟੇ ਛੋਟੇ ਕਿ ਕੋਈ ਮਿਸਲਾਂ ਦੇ ਵਿੱਚ ਵੀ ਕਹਾ ਫਿਰ ਹੋਰ ਜਥੇਜੇ ਬਣ ਗਏ ਸੀਗੇ ਪਰ ਮਹਾਰਾਜਾ ਸਾਹਿਬ ਦਾ ਪਹਿਲਾ ਦਬਦਬਾ ਸੀ ਸੀ ਆਪਣੀ ਮਿਸਲ ਦਾ ਦੇਖੋ ਮਹਾਰਾਜਾ ਸਾਹਿਬ ਆਪਣੀ ਮਿਸਲ ਦੇ ਦੇਖੋ 1780 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ 1791 ਬਣ ਚ ਉਹਨਾਂ ਨੂੰ ਰਾਜ ਸੰਭਣਾ ਪੈ ਗਿਆ ਡਿਊ ਟੂ ਦੀ ਡੈਥ ਆਫ ਹਿਸ ਫਾਦਰ ਜਾ ਕੇ ਉਹ ਮਹਾਰਾਜੇ ਨੂੰ ਸੁਕਰ ਚੱਕਿਆ ਮਿਸਲ ਜਿਹੜੀ ਆ ਉਹ ਉਹਨਾਂ ਨੂੰ ਵਿਰਸੇ ਵਿੱਚ ਮਿਲੀ ਹੈ ਹੂੰ ਉਹ ਉਹਨਾਂ ਨੂੰ ਵਿਰਸੇ ਵਿੱਚ ਮਿਲੀ ਆ ਉਹ ਸੁਕਰ ਚੱਕਿਆ ਮਿਸਲ ਤੋਂ ਫਿਰ ਉਹਨੇ ਸਾਰੇ ਪੰਜਾਬ ਨੂੰ ਕਬਜ਼ਾ ਕੀਤਾ ਕਾਕਾਬੂ ਕੀ ਤਾਂ ਸਾਰੇ ਪੰਜਾਬ ਬਾਕੀ ਦੀਆਂ ਮਿਸਲਾਂ ਬਾਕੀ ਦੀਆਂ ਮਿਸਲਾਂ ਦੇ ਵਿੱਚ ਵੀ ਫੇਮਸ ਬਾਕੀ ਜਿਹੜੇ ਮੁਸਲਮਾਨ ਰਾਜੇ ਵੀ ਸੀਗੇ ਜਾਂ ਇਧਰੋਂ ਅਫਗਾਨ ਆਉਂਦੇ ਸੀ ਜਾਂ ਦੂਜੇ ਆਉਂਦੇ ਸੀਗੇ ਉਹਨਾਂ ਦੇ ਨਾਲ ਉਹਨੇ ਮੁਕਾਬਲਾ ਕੀਤਾ ਹੁਣ ਇਹ ਤਾਂ ਖਤਮ ਤਾਂ ਹੀ ਨਹੀਂ ਕਰ ਦਿੱਤੇ ਸੀਗੇ ਹੁਣ ਉਹ ਜਿਹੜੇ ਮਿਸਲਾਂ ਦੇ ਟਾਈਮ 'ਚ ਇੰਨਾ ਸੀਗਾ ਕਿ ਉਹ ਜੇ ਉਹ ਤੋਂ ਹਮਲੇ ਜ ਆਏ ਵੀ ਹੈ ਤਮੂਰ ਸ਼ਾਹ ਬਾਦ ਦੇ ਵਿੱਚ ਆਇਆ ਵੀ ਹੈ ਜ਼ਮਾਨ ਸ਼ਾਹ ਆਇਆ ਵੀ ਉਹਦਾ ਪੋਤਾ ਆਇਆ ਵੀ ਹੈ ਪਰ ਕਮਜ਼ੋਰ ਹੋਇਆ ਸੀ ਬਹੁਤ ਹੂੰ ਉਹਨਾਂ 'ਚ ਉਹ ਪਾਵਰ ਨਹੀਂ ਸੀ ਰਹਿ ਗਈ ਹੈ ਕਿ ਜਿਹੜੀ ਅਹਿਮ ਸ਼ਾਹ ਅਬਦਾਲੀ ਦੇ ਵਿੱਚ ਸੀਗੀ ਪਰ ਜਦੋਂ ਮਿਸਲਾਂ ਦੇ ਜਿਹੜੇ ਲੀਡਰਸ ਸੀ ਉਹ ਮਹਾਰਾਜਾ ਸਾਹਿਬ ਨਾਲ ਰਲੇ ਆ ਉਹਨਾਂ ਨੇ ਫਿਰ ਕੋਈ ਸ਼ਰਤਾਂ ਵੀ ਰੱਖਿਆ ਵੀ ਸਾਨੂੰ ਵਜ਼ੀਰ ਬਣਾਓ ਜੀ ਸਾਨੂੰ ਇਹ ਕਰਨੇ ਵਜ਼ੀਰ ਬਣਾਓ ਨਹੀਂ ਵੈਸੇ ਮਹਾਰਾਜਾ ਸਾਹਿਬ ਨੇ ਉਹਨਾਂ ਨੂੰ ਜ਼ਗੀਰਾਂ ਦਿੱਤੀਆਂ ਸੀ ਅੱਛਾ ਬਹੁਤ ਨਾਟ ਨਾਟ ਓਨਲੀ ਉਹਨਾਂ ਨੂੰ ਮਹਾਰਾਜਾ ਸਾਹਿਬ ਨੇ ਜਿਹੜੇ ਮੁਸਲਮਾਨ ਜਿੱਤੇ ਮੁਸਲਮਾਨ ਵੀ ਨਵਾਬ ਜਾਂ ਦੂਜੇ ਜਾਂ ਕਸੂਰ ਵਾਲੇ ਜਿਨ੍ਹਾਂ ਨੂੰ ਜਿੱਤਦੇ ਸੀਗੇ ਨਾ ਉਹਨਾਂ ਨੂੰ ਮਾਰਦੇ ਨਹੀਂ ਸੀ ਇੰਨੀ ਲੇਟ ਨਹੀਂ ਸੀ ਕਰਦੇ ਉਹਨਾਂ ਨੂੰ ਫਿਰ ਉਹਨਾਂ ਦੇ ਜੋਗੇ ਪਿੰਡ ਦੇ ਦਿੰਦੇ ਹੁੰਦੇ ਸੀ ਫਿਰ ਤੁਸੀਂ ਇੰਨੇ ਕ ਤੱਕ ਗੁਜ਼ਾਰਾ ਤੁਹਾਡਾ ਹੋਈ ਜਾਣਾ ਜਾ ਕੇ ਹੀ ਵਾਸ ਨਾਟ ਅ क्रੂਲ ਰੂਲਰ क्रੂਲ ਰੂਲਰ ਨਹੀਂ ਹੈ ਜੇ ਕਿਸੇ ਨੂੰ ਜਿੱਦ ਦੇ ਸਿੱਧਾ ਬਾਦ ਦੇ ਵਿੱਚ ਉਹਨੂੰ ਕਹਿੰਦੇ ਫਿਰ ਚਲ ਠੀਕ ਹੈ ਤੂੰ ਆ ਲੈ ਇੰਨੇ ਕੁ ਦੇ ਕਰੀ ਜਾ ਹੁਣ ਜਾ ਕੇ ਮੈਨੂੰ ਇੰਨੇ ਦੇ ਦਿਆ ਕਰੀ ਵਿੱਚੋਂ ਜਾ ਕੇ ਤੇ ਜਿਆਦਾ ਜਿਹੜਾ ਹੈਗਾ ਮਹਾਰਾਜਾ ਸਾਹਿਬ ਨੇ ਇਕਨੋਮੀ ਸੈਟੇ ਦੇ ਕੀਤੀ ਜਿਆਦੇ ਪੇ ਪੈਸੇ ਨਾਲ ਜਿੱਦਾਂ ਜੁਡੀਸ਼ਰੀ ਵੀ ਜਿਆਦਾ ਜੁਰਮਾਨਾ ਸ਼ੁਕਰਾਨਾ ਤਨਜ਼ਰਾਨਾ ਉਹ ਸਾਰੇ ਲਾ ਲਾ ਕਿੰਨਾ ਕਰ ਲੈਂਦੇ ਹੁੰਦੇ ਸੀ ਜਿੰਨਾ ਪੈਸਾ ਪੈਸੇ ਹੀ ਨਹੀਂ ਸੀ ਦਿਗੋ ਸਟੇਟ ਕੋ ਕਿੱਥੇ ਪੈਸੇ ਅੱਛਾ ਹੁਣ ਇੱਕ ਗੱਲ ਮੈਂ ਇੱਥੇ ਕਲੀਅਰ ਕਰਨੀ ਚਾਹਣਾ ਥੋੜੀ ਜੀ ਉਹ ਗੱਲ ਇਹ ਹੈਗੀ ਆ ਕਿ ਥਿੰਸ ਸਾਹਿਬ ਸਿੱਖੀ ਦੇ ਵਿੱਚ ਵਾਰਸ਼ਾਹੀ ਜਿਹੜਾ ਮਹਾਰਾਜ ਦਾ ਕਨਸੈਪਟ ਹੈ ਨਹੀਂ ਸਿੱਖਾਂ ਦੇ ਵਿੱਚ ਡੈਮੋਕਰੈtic ਕਨਸੈਪਟ ਹੈ ਬਿਲਕੁਲ ਪੰਜ ਪਿਆਰਾਂ ਦਾ ਪੰਜ ਪਿਆਰਾਂ ਦਾ ਕਨਸੈਪਟ ਹੈ ਸੰਗਤ ਹੈ ਸੰਗਤ ਨੇ ਪੰਜ ਪਿਆਰ ਕਲੈਕਟਿਵ ਲੀਡਰਸ਼ਿਪ ਦਾ ਹੈ ਹੁਣ ਅਸੀਂ ਇਹ ਕਹਿੰਦੇ ਜੀ ਫਿਰ ਮਹਾਰਾਜਾ ਤਾਂ ਫਿਰ ਇਹਦਾ ਮਤਲਬ ਹੋਇਆ ਪਊ ਐਂਟੀ ਸੇ ਕੋਈ ਗੱਲ ਜਾ ਦੇਖੋ ਸਵਾਲ ਉੱਠਦਾ ਬੰਦੇ ਜਿਹੜਾ ਦਲੀਲ ਦਾ ਰੈਸ਼ਨਲ ਬੰਦਾ ਇਹ ਕਹੂਗਾ ਜਾ ਕੇ ਕਿ ਕਿੱਦਾਂ ਉੱਠਦਾ ਹੁਣ ਤੁਸੀਂ ਇਹ ਦੇਖੋ ਇਹ ਮਹਾਰਾਜਾ ਸਾਹਿਬ ਨੇ ਕਿਉਂ ਰਾਜ ਕਾਇਮ ਕੀਤਾ ਔਰ ਕਿੱਦਾਂ ਰਾਜ ਕਾਇਮ ਹੋਇਆ ਇਹਦੇ ਵਿੱਚ ਸਿੱਖ ਮਿਸਲਾਂ ਨੇ ਤਕਰੀਬਨ ਉਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਸਿੱਖ ਪੋਲਿਟੀ ਸੀਗੀ ਕਲੈਕਟਿਵ ਲੀਡਰਸ਼ਿਪ ਸੰਗਤ ਦਾ ਰਾਜ ਉਹ ਨਹੀਂ ਚੱਲਿਆ ਉਹ ਨਹੀਂ ਚੱਲਿਆ ਉਹ ਕੋਸ਼ਿਸ਼ ਕੀਤੀ ਉਹ ਨਹੀਂ ਕਰਨ ਦੀ ਜਾ ਕੇ ਗੁਰਮਤਾ ਵੀ ਕਰਕੇ ਦੇਖਿਆ ਸੰਗਤ ਦਾ ਰਾਜ ਵੀ ਕਰਕੇ ਦੇਖਿਆ ਉਹ ਨਹੀਂ ਚੰਗਾ ਆਪਣੇ ਆਪਣੇ ਜਾ ਕੇ ਉਹ ਉਹ ਲੋਕ ਲੋਕ ਜਿਹੜੇ ਆ ਮਾਨਸਿਕ ਤੌਰ ਤੇ ਰੈਡੀ ਨਹੀਂ ਸੀ ਉਸ ਕਿਸਮ ਦੇ ਗੁਰੂ ਸਾਹਿਬ ਨੇ ਟਾਈਮ ਤੋਂ ਬਹੁਤ ਪਹਿਲਾਂ ਦੀ ਗੱਲ ਕਰ ਦਿੱਤੀ ਹਮ ਟਾਈਮ ਤੋਂ ਪਹਿਲਾਂ ਦੀ ਗੱਲ ਕਰ ਦਿੱਤੀ ਮਿਸਲਾਂ ਨੇ ਕੋਸ਼ਿਸ਼ ਕੀਤੀ ਵੀ ਉਸ ਸਾਹਿਬ ਨਾਲ ਚਲਾਈਏ ਨਹੀਂ ਚੱਲਿਆ ਜਾ ਕੇ ਉਸ ਸਾਹਿਬ ਨੂੰ ਆਪੋ ਤਾਂ ਆਪੇ ਆ ਗਈ ਸਾਰੀ ਸੋ ਮਹਾਰਾਜਾ ਸਾਹਿਬ ਜਦ ਆਏ ਮਹਾਰਾਜਾ ਸਾਹਿਬ ਨੇ ਦੇਖ ਲਿਆ ਇਹ ਨਹੀਂ ਚੱਲਣਾ ਇਹਦਾ ਪੇ ਨਹੀਂ ਰਾਜ ਚਲਣਾ ਪਰ ਫਿਰ ਉਹਨੇ ਕਿਹਾ ਫਿਰ ਰਾਜ ਐ ਇਦਾਂ ਹੀ ਮਹਾਰਾਜ ਚੱਲੂਗਾ ਪਰ ਉਹ ਸਿੱਖੀ ਸਿਧਾਂਤਾਂ ਦੇ ਬਤਾਵਕ ਮੈਂ ਕੋਸ਼ਿਸ਼ ਕਰੂੰਗਾ ਚਲਾਉਣ ਦੀ ਯਾਨੀ ਜਿਹੜੀ ਇਹ ਮਾਨਸ ਕੀ ਜਾਤ ਇੱਕ ਕਰ ਸਮਝ ਕੇ ਸਾਰਿਆਂ ਤੇ ਮੈਂ ਰਾਜ ਕਰੂੰਗਾ ਇਦਾਂ ਨਹੀਂ ਕਰੂੰਗਾ ਕਿ ਕਿਸੇ ਤੇ ਜ਼ਿਆਤੀ ਹੋਊਗੀ ਉਹਨੇ ਮੰਦਰਾਂ ਨੂੰ ਵੀ ਪੈਸੇ ਦਿੱਤੇ ਹਾਂ ਉਹ ਨਹੀਂ ਸਾਰਿਆਂ ਦਾ ਕੀਤਾ ਜਾ ਕੇ ਕਿਉਂਕਿ ਉਹਨੂੰ ਫਿਰ ਸਿੱਖੀ ਸਿਧਾਂਤਾਂ ਦੇ ਬਤਾਵਕ ਕੀਤਾ ਪਰ ਉਹ ਨਹੀਂ ਦੇਖ ਲਿਆ ਸੀ ਵੀ ਉਹ ਨਹੀਂ ਚੱਲਣਾ ਹੈ ਕਿਉਂਕਿ ਉਸ ਸਮੇਂ ਤੋਂ ਪਹਿਲਾਂ ਦੀ ਗੱਲ ਸੀ ਜਾ ਕੇ ਠੀਕ ਹੈ ਉਹ ਹੁਣ ਦੀ ਗੱਲ ਆ ਜੋ ਗੁਰੂ ਸਾਹਿਬ ਨੇ 300 ਸਾਲ ਪਹਿਲਾਂ ਦੀ ਗੱਲ ਕੀਤੀ ਉਹ ਹੁਣ ਦੇ ਕਾਲ ਦੇ ਵਿੱਚ ਆ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਵੀ ਸਿੱਖਾਂ ਦਾ ਰਾਜ ਆਊਗਾ ਉਦਾਂ ਹੀ ਆਊਗਾ ਜੇ ਆਇਆ ਠੀਕ ਹੈ ਨਾ ਉਦਾਂ ਹੀ ਆਊਗਾ ਡੈਮੋਕਰੈਟਿਕ ਆਊਗਾ ਹੁਣ ਬਾਦਸ਼ਾਹ ਨਹੀਂ ਬਣਨਾ ਹੈ ਕੋਈ ਵੀ ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਨਹੀਂ ਭਈ ਰਾਜਨ ਕੋ ਮੈਂ ਰੰਕ ਬਣਾਉ ਇਹ ਤਾਂ ਮੇਹਣਾ ਸਿੱਟਣੇ ਆ ਜਿਹੜੇ ਰਾਜੇ ਸੀ ਕਿਨਾਂ ਜਾ ਕੇ ਸੋ ਮਹਾਰਾਜਾ ਸਾਹਿਬ ਦਾ ਇਸ ਕਰਕੇ ਹੋਇਆ ਸੀ ਕਿ ਮਹਾਰਾਜਾ ਸਾਹਿਬ ਦੇ ਪਿਛਲੇ 50 ਸਾਲ ਦਾ ਉਹ ਨਹੀਂ ਤਜਰਬਾ ਦੇਖ ਲਿਆ ਸੀ ਜੀ ਪੇ ਇਹ ਜਿਹੜਾ ਰਾਜ ਪ੍ਰਬੰਧ ਹੈ ਇਦਾਂ ਨਹੀਂ ਚੱਲਣਾ ਰਾਜ ਪ੍ਰਬੰਧ ਇਦਾਂ ਚੱਲਣਾ ਪਰ ਉਹਦੇ ਉਸੂਲ ਜਿਹੜੇ ਹੋਊਗੇ ਉਹ ਸਿੱਖੀ ਉਸੂਲਾਂ ਦੇ ਮੁਤਾਬਕ ਚੱਲੇ ਜਿਹੜੇ ਗੁਰੂ ਸਾਹਿਬ ਨੇ ਉਸੂਲ ਦਿੱਤੇ ਉਹਨਾਂ ਦੇ ਮੁਤਾਬਕ ਉਹਨੂੰ ਚਲਾਇਆ ਜਾਊਗਾ ਔਰ ਉਹਨੇ ਚਲਾਇਆ ਉਹਦੇ ਮੁਤਾਬਕ ਜਾ ਕੇ ਸੋ ਇੱਕ ਤਾਂ ਇਹ ਜਿਹੜੀ ਦੂਜੀ ਗੱਲ ਸੀ ਬਾਕੀ ਜਿਹੜੇ ਸੀਗੇ ਦੇਖੋ ਕ ਮਹਾਰਾਜਾ ਸਾਹਿਬ ਦੀ ਜਿਹੜੀ ਬੜੀ ਕੰਟਰੀਬਿਊਸ਼ਨ ਇਹ ਹੈਗੀ ਆ ਪੇ ਉਹਨੇ ਜਿਹੜਾ ਅਫਗਾਨ ਫਲੱਡ ਆਉਂਦਾ ਹੁੰਦਾ ਸੀ ਉਹ ਰੋਕਦਾ ਉਹ ਕੱਲਾ ਰੋਕ ਹੀ ਰੋਕਿਆ ਨਹੀਂ ਰੋਲ ਇਟ ਬੈਕ ਕੀਤਾ ਉਹਨਾਂ ਦੇ ਏਰੀਆ ਵਿੱਚ ਪਸ਼ਾਵਰ ਤੱਕ ਚਲੇ ਗਏ ਜਾ ਕੇ ਕੱਲਾ ਉਹਨੂੰ ਰੋਕਿਆ ਹੀ ਨਹੀਂ ਆਪਣਾ ਇਲਾਕਾ ਬਚਾਇਆ ਹੀ ਨਹੀਂ ਕੱਲਾ ਸੋ ਮਹਾਰਾਜੇ ਸਾਹਿਬ ਦੀ ਕੰਟਰੀਬਿਊਸ਼ਨ ਕੱਲੀ ਪੰਜਾਬ ਤੇ ਨਹੀਂ ਹੈ ਜਾ ਕੇ ਵੀ ਪੰਜਾਬ ਹੀ ਜਿੱਤਿਆ ਉਪਿ ਪਸ਼ਾਵਰ ਤੱਕ ਗਏ ਜਾ ਕੇ ਜਮਰੋਦ ਤੱਕ ਗਏ ਜਾ ਕੇ ਜਿੱਥੋਂ ਸ਼ੁਰੂ ਹੁੰਦਾ ਖੈਬਰ ਪਾਸ ਤੱਕ ਗਏ ਜਿੱਥੇ ਤੱਕ ਗਏ ਜਾ ਕੇ ਜਮਰੋਦ ਦਾ ਕਿਲਾ ਜਾ ਕੇ ਹੈਡਕੁਆਰਟਰ ਬਣਾ ਲਿਆ ਉੱਥੇ ਬਣਿਆ ਜਾ ਕੇ ਜਮਰੋਦ ਤੱਕ ਗਏ ਜਾ ਕੇ ਇਧਰ ਤੁਸੀਂ ਦੇਖੋ ਜਾ ਕੇ ਚਾਈਨਾ ਦੇ ਸਿੰਧਕਾਂਗ ਤੱਕ ਗਏ ਜਾ ਕੇ ਲਦਾਖ ਤੱਕ ਗਏ ਜਾ ਕੇ ਇੱਥੇ ਇੱਥੇ ਜਿਹੜੀ ਹੈਗੀ ਇਧਰ ਇਧਰ ਨੂੰ ਵਧੇ ਜਾ ਕੇ ਸੋ ਸੇਖਰਾ ਜਿਹੜਾ ਮੈਂ ਪਿਛਲੀ ਵਾਰ ਦੱਸਿਆ ਵੀ ਸੀਗਾ ਮੈਂ ਕਿਹਾ ਉਹਦਾ ਜਿਹੜਾ ਏਰੀਆ ਸੀ ਮਾਡਰਨ ਇਟਲੀ ਨਾਲੋਂ ਜ਼ਿਆਦਾ ਸੀਗਾ ਔਰ ਉਹਦੀ ਕ੍ਰिएशन ਕੀ ਮਿਸਲਾ ਨੇ ਐਡਾ ਵੱਡਾ ਰਾਜ ਨਹੀਂ ਦਿੱਤਾ ਮਹਾਰਾਜੇ ਨੂੰ ਜਿੱਦਾਂ ਫਿਰ ਮਹਾਰਾਜੇ ਨੇ ਵਧਾ ਲਿਆ ਜਾ ਕੇ ਹੋਰ ਆ ਠੀਕ ਹੈ ਨਾ ਮਿਸਲਾ ਦਾ ਏਰੀਆ ਜਿਹੜਾ ਸੀਗਾ ਉਹ ਤਾਂ ਉਹੋ ਹੀ ਏਰੀਆ ਸੀਗਾ ਜਾ ਕੇ ਉੱਥੇ ਇੱਕ ਤੱਕ ਦਾ ਏਰੀਆ ਸੀ ਲਾਹੌਰ ਅੰਮ੍ਰਿਤਸਰ ਗੁਜਰਨਵਾਲਾ ਸਿਆਲਕੋਟ ਜਾ ਕੇ ਏਰੀਆ ਮਲਤਾਨ ਵਿੱਚ ਨਹੀਂ ਸੀ ਉਹਨਾਂ ਦੇ ਕੋਲ ਜਾ ਕੇ ਉਹ ਬੰਨ ਸੀ ਕਸੂਰ ਵੀ ਨਹੀਂ ਸੀ ਉਹਨਾਂ ਦੇ ਕੋਲ ਜਾ ਕੇ ਉਹ ਸੀ ਇਹ ਸਾਰਾ ਮਿਸਲਾ ਦਾ ਏਰੀਆ ਸੀ ਪਰ ਇਹ ਏਰੀਆ ਜਿਹੜਾ ਸੀਗਾ ਇਹ ਮਿਸਲਾ ਨੇ ਜਿੱਤ ਕੇ ਮਹਾਰਾਜੇ ਦੇ ਕੋਲ ਆ ਗਿਆ ਉਧਰ ਜਮਰੋਦ ਉਧਰ ਚੀਨ ਨਾਲ ਉਧਰ ਚ ਹੁੰਦੀ ਹੈ ਉਧਰ ਸਤਲੋ ਜਹਾਂਦ ਉਧਰ ਫਿਰ ਸਿੰਧ ਤੱਕ ਯਾ ਸ਼ਿਕਾਪੁਰ ਨਾਟ ਇਨਕਲੂਡਿੰਗ ਬਟ ਸ਼ਿਕਾਪੁਰ ਤੱਕ ਇਹ ਏਰੀਆ ਸੀਗਾ ਇਸ ਏਰੀਏ ਤੇ ਸਾਰਾ ਜਿਹੜਾ ਹੈਗਾ ਮਹਾਰਾਜ ਨੇ ਰਾਜ ਕੀਤਾ ਔਰ ਕ੍ਰੀਏਟ ਕੀਤਾ ਹੈ ਥੋੜਾ ਜਿਹਾ ਮਿਸਲਾ ਤੋਂ ਜਾਇਆ ਮਿਸਲਾ ਨੇ ਵੀ ਕਿਹੜਾ ਮਹਾਰਾਜ ਇਹਨੂੰ ਆਪਣੇ ਥਾਲੀ ਤੇ ਰੱਖ ਕੇ ਦਿੱਤਾ ਸੀਗਾ ਉਹ ਵੀ ਮਹਾਰਾਜ ਨੇ ਸਟਰਗਲ ਕਰਕੇ ਲਿਆ ਨਾ ਸਾਰਾ ਜਿਆ ਡਿਪਲੋਮੇਸੀ ਦੇ ਨਾਲ ਲਿਆ ਜ ਸਟਰਗਲ ਕਰਕੇ ਲਿਆ ਕਿਸੇ ਤਰ੍ਹਾਂ ਲਿਆ ਜਾ ਕੇ ਉਹ ਵੀ ਦੂਰੰਦੇਸ਼ੀ ਸੀ ਮਹਾਰਾਜ ਇਸ ਸਾਰੇ ਐਪੀਸੋਡ ਦੇ ਵਿੱਚ ਪਹਾੜੀ ਰਾਜਿਆਂ ਬਾਰੇ ਨਹੀਂ ਦੱਸਿਆ ਇਹਨਾਂ ਦਾ ਕੀ ਬਣਿਆ ਕਿਉਂਕਿ ਇਹ ਵੀ ਆਪਣੇ ਆਪ ਨੂੰ ਛੋਟੀ ਜਿਹੀ ਸ਼ਕਤੀ ਸਮਝਦੇ ਸੀ ਇਹ ਸਤਨ ਸਾਹਿਬ ਇਹ ਮਹਾਰਾਜੇ ਨੇ ਇਹਨਾਂ ਦਾ ਉਸ ਵੇਲੇ ਲੀਡਰ ਸੀ ਸੰਸਾਰ ਚ ਦਾ ਕਟੋਚ ਇਹ ਸੰਸਾਰ ਚ ਦਾ ਕਟੋਚ ਨੂੰ ਮਹਾਰਾਜੇ ਨੇ ਫਿਰ ਜਿੱਤਿਆ ਅੱਛਾ ਹਾਂ ਮਹਾਰਾਜੇ ਨੂੰ ਜਿੱਤਿਆ ਜਾ ਕੇ ਤਾਂ ਫਿਰ ਤੁਹਾਨੂੰ ਜਿਹੜਾ ਮਹਾਰਾ ਉਹਦੀਆਂ ਦੋ ਲੜਕੀਆਂ ਦੇ ਨਾਲ ਸ਼ਾਦੀ ਵੀ ਕੀਤੀ ਸੋ ਤਾਂ ਇਹ ਜਿਹੜੇ ਪਹਾੜੀ ਰਾਜੇ ਸੀਗੇ ਇਹ ਸਾਰੇ ਫਿਰ ਮਹਾਰਾਜੇ ਦੇ ਇਸ ਏਰੀਆ ਜਿੱਤ ਲਿਆ ਮਹਾਰਾ ਇਹ ਇਹਨਾਂ ਦੇ ਛਤਰੀ ਛਤਰੀ ਆ ਗਏ ਸੋ ਇਹ ਜਿਹੜੇ ਇਹ ਰਾਜੇ ਸੀਗੇ ਨਾ ਇਹ ਤੁਹਾਨੂੰ ਪਹਿਲਾਂ ਯਾਦ ਹੋਣਾ ਅਸੀਂ ਇੱਕ ਵਾਰ ਕੀਤਾ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ 10ਵੇਂ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਇਨੀ ਗੁਰੂ ਸਾਹਿਬ ਨੂੰ ਇਹ ਗੱਲ ਕਹੀ ਸੀ ਇਨੀ ਗੁਰੂ ਸਾਹਿਬ ਨੇ ਇਹ ਕਹੀ ਸੀ ਵੀ ਆ ਤੂੰ ਤੁਸੀਂ ਕੀ ਆਹਾ ਏ ਥਾਂ ਗਰੀਬ ਗਰੇਬੜਾ ਲਈ ਫਿਰਦੇ ਆ ਜਾ ਕੇ ਸਾਡੇ ਨਾਲ ਮਗਰ ਲਾਇਓ ਸਾਡੇ ਅਸੀਂ ਵੀ ਸ਼ੁੱਧ ਖੱਤਰੀਆਂ ਤੁਸੀਂ ਵੀ ਸ਼ੁੱਧ ਖੱਤਰੀਆਂ ਹਾਈ ਕਾਸਟ ਪੀਪਲ ਐ ਜਾ ਕੇ ਤੇ ਅਸੀਂ ਇਹ ਰਾਜ ਕਰਦੇ ਹਾਂ ਸਾਰੇ ਪੰਜਾਬ ਵਿੱਚ ਉੱਥੇ ਨਹੀਂ ਆ ਕੇ ਅਸੀਂ ਵੀ ਇਨੀ ਕੀ ਕਿਰਪਾ ਸੇ ਸਜੇ ਹਾਂ ਠੀਕ ਹੈ ਸੋ ਇਸ ਕਰਕੇ ਔਰ ਉਨਹੀ ਕੀ ਕਿਰਪਾ ਦੇ ਫਿਰ ਅੱਜ ਸਜਿਆ ਬਿਲਕੁਲ ਜੇ ਪੰਜਾਬ ਦੇ ਵਿੱਚ ਦੇਖੋ ਤਾਂ ਪੰਜਾਬ ਦੇ ਵਿੱਚ ਉਸੇ ਕਿਸਾਨੀ ਨੇ ਜਿਹੜਾ ਹੈਗਾ ਇਹ ਸਿੱਖ ਰਾਜ ਕਹ ਲਓ ਜਾਂ ਪੰਜਾਬੀ ਰਾਜ ਕਹ ਲਓ ਜਿਹੜਾ ਉਸੇ ਕਿਸਾਨੀ ਨੇ ਜਿਹੜੀ ਰੀੜ ਦੀ ਹੱਡੀ ਬਣੀ ਉਸ ਮੂਵਮੈਂਟ ਦੀ ਉਹ ਹੀ ਕਿਸਾਨੀ ਬਣੀ ਜਿਹੜੀ ਕਿਸਾਨੀ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸਿੱਖ ਮੂਵਮੈਂਟ ਉਸ ਤੁਹਾਡੇ ਵਿਚਾਰ ਵੀ ਹੁਣ ਬਦਲੇ ਹੋਏ ਅੱਜ ਤੋਂ 15 ਸਾਲ ਪਹਿਲਾਂ ਦੀਆਂ ਮੈਂ ਇੰਟਰਵਿਊਜ਼ ਕੱਢ ਕੇ ਦੇਖਦਾ ਉਦੋਂ ਬਾਰ ਬਾਰ ਤੁਸੀਂ ਕਹਿੰਦੇ ਮੈਂ ਸਿੱਖ ਹਿਸਟਰੀ ਦਾ ਪ੍ਰੋਫੈਸਰ ਹਾਂ ਮੈਂ ਸਿੱਖ ਹਿਸਟਰੀ ਪੜਾਉਣਾ ਮੈਂ ਸਿੱਖਾਂ ਨੇ ਆਇਆ ਕੀਤਾ ਸਿੱਖਾਂ ਦੀਆਂ ਮਸਲੇਾਂ ਹੁਣ ਤੁਸੀਂ ਪੰਜਾਬੀ ਸ਼ਬਦ ਜ਼ਿਆਦਾ ਵਰਤ ਰਹੇ ਤੈਨਸਾ ਦੇਖੋ ਮੈਂ ਇਹ ਵਿਚਾਰ ਬਦਲ ਦੇ ਰਹੇ ਨਹੀਂ ਇੱਕ ਇੱਕ ਦਾ ਤੁਹਾਡੀ ਗੱਲ ਠੀਕ ਹੈ ਵਿਚਾਰ ਤਾਂ ਬਦਲਦੇ ਹੈਗੇ ਆ ਪਰ ਉਸ ਵੇਲੇ ਵੀ ਜਿਹੜੇ ਆ ਸਿੱਖ ਪੰਜਾਬ ਦਾ ਹਿੱਸਾ ਸੀ ਉਸ ਵੇਲੇ ਵੀ ਸਿੱਖ ਪੰਜਾਬ ਦੇ ਪੰਜਾਬੀ ਪੰਜਾਬੀ ਤਾਂ ਸਿਗੇ ਜਾ ਕੇ ਉਹਦੇ ਵਿੱਚ ਜਾ ਕੇ ਬਾਕੀ ਜਿਹੜੇ ਇਹ ਗੱਲ ਤੁਹਾਡੀ ਠੀਕ ਹੈ ਵਿਚਾਰ ਤਾਂ ਬਦਲਦੇ ਹੁਣ ਮੈਂ ਸ਼ੋਰ ਨਹੀਂ ਹੈ ਵੀ ਜਿਹੜੇ ਅੱਜ ਆਏ ਵਿਚਾਰਿਆ ਇਹ ਵੀ ਕੀ ਪਤਾ ਰਹਿਣੇ ਕਿ ਨਹੀਂ ਰਹਿਣੇ ਅੱਜ ਮੈਨੂੰ ਲੱਗਦਾ ਵੀ ਇਹ ਮੇਰੇ ਵਿਚਾਰ ਇਦਾਂ ਹੈਗੇ ਸੋ ਇਸ ਗੱਲ ਕਰਕੇ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਮੈਂ ਇਹ ਗੱਲ ਕਹਿੰਦੇ ਹਾਂ ਨਾ ਵੀ ਜਿਹੜੇ ਵੀ ਸੁਣਨ ਵਾਲੇ ਹੈਗੇ ਗੱਲ ਸੁਣ ਲਓ ਸੁਣ ਕੇ ਵਿਚਾਰੋ ਜੇ ਮਨ ਨੂੰ ਲੱਗਦੀ ਹੈ ਤਾਂ ਐਕਸੈਪਟ ਕਰੋ ਜੇ ਮਨ ਨੂੰ ਨਹੀਂ ਲੱਗਦੀ ਹੈਗੀ ਤਾਂ ਜਸ ਇਗਨੋਰ ਇਟ ਕੋਈ ਇਦਾਂ ਨਹੀਂ ਹੈ ਜਾ ਕੇ ਵੀ ਇਹ ਗੱਲ ਕਹਿਤੀ ਹੁਣ ਮਨੇ ਪਰ ਮੈਂ ਜੋ ਹਿਸਟਰੀ ਨੂੰ ਸਮਝਿਆ ਜਾਂ ਜੋ ਮੈਂ ਸਮਝਦਾ ਹਿਸਟਰੀ ਨੂੰ ਜਾ ਕੇ ਤਾਂ ਉਹ ਜਿਹੜੀ ਹਿਸਟਰੀ ਹੈ ਇਹ ਪੰਜਾਬੀਆਂ ਦੀ ਹਿਸਟਰੀ ਹੈ ਇਹ ਇਦਾਂ ਹਿਸਟਰੀ ਨਹੀਂ ਹੋਈ ਉਸ ਸਮੇਂ ਜਾ ਕੇ ਫਿਰ ਇੱਕ ਜਾਤ ਦੀ ਹਿਸਟਰੀ ਨਹੀਂ ਦੂਜੇ ਮੈਂ ਇਹ ਵੀ ਕਈ ਵਾਰ ਇਹ ਗੱਲ ਕਹਿ ਚੁੱਕਾ ਬੇ ਬਾਤ ਹੈ ਕਹ ਲਿਓ ਜੇ ਕਿਸੇ ਨੇ ਕਿ ਤਾ ਤੁਸੀਂ ਕਹਿੰਦੇ ਮੁਸਲਮਾਨ ਨੇ ਮਾਰ ਦਿੱਤੇ ਇਦਾਂ ਨਾ ਕਹੋ ਬੇ ਮੁਸਲਮਾਨ ਨੇ ਕਹੋ ਬੈਡ ਮੈਨ ਨੇ ਮਾਰ ਦਿੱਤੇ ਮਾਰੇ ਬੰਦਿਆਂ ਨੇ ਉਹ ਕੰਮ ਕੀਤੇ ਆ ਤੂੰ ਸਾਰੇ ਕਮਿਊਨਿਟੀਜ਼ ਚ ਸਾਰੇ ਕਮਿਊਨਿਟੀਜ਼ ਗੁੱਡ ਪੀਪਲ ਵੀ ਆ ਬੈਡ ਕਮਿਊਨਿਟੀਜ਼ ਵੀ ਆ ਇਦਾਂ ਨਹੀਂ ਹੈ ਬੇ ਸਾਰੇ ਹੀ ਮਾਰੇ ਆ ਤੇ ਇਹ ਸਾਰੇ ਹੀ ਚੰਗੇ ਆ ਹੁਣ ਜਿੱਥੇ ਆਪਾਂ ਕਹਿੰਦੇ ਆ ਜਾ ਕੇ ਬੇ ਮੁਸਲਮਾਨ ਵਜ਼ੀਰ ਖਾਨ ਅਰਗਾਨ ਨੇ ਜ਼ੁਲਮ ਕੀਤੇ ਆ ਉੱਥੇ ਪੀਰ ਬੁੱਧੂ ਸ਼ਾਹ ਅਰਗਾਨ ਨੇ ਮਦਦ ਕੀਤੀ ਆ ਨਬੀ ਖਾਨ ਅਬੀ ਖਾਨ ਨਬੀ ਖਾਨ ਅਰਗਾਨੀ ਖਾਨ ਨੇ ਮਦਦ ਵੀ ਕੀਤੀ ਆ ਸੋ ਸੁਸਾਇਟੀ ਨੂੰ ਜਾਂ ਸਮਾਜ ਨੂੰ ਜਾਂ ਮੁਵਾਸ਼ਰੇ ਨੂੰ ਇਹ ਵੰਡਣਾ ਆ ਤਾਂ ਇਦਾਂ ਦੇਗੇ ਚੰਗੇ ਬੰਦੇ ਮਾੜੇ ਬੰਦੇ ਗੁੱਡ ਪੀਪਲ ਬੈਡ ਗਾਈਜ਼ ਗੁੱਡ ਗਾਈਜ਼ ਬੈਡ ਗਾਈਜ਼ ਇਦਾਂ ਇਦਾਂ ਉਹ ਸਾਰਿਆਂ ਦੇ ਵਿੱਚ ਜੇ ਫੇਰ ਆਪਾਂ ਮੇਰੇ ਖਿਆਲ ਬੈਲੈਂਸ ਰਹਾਗੇ ਜੇ ਆਪਾਂ ਇਹ ਰਹੀਏ ਜਾ ਕੇ ਵੀ ਜੀ ਇਹ ਸਾਰੇ ਹੀ ਮਾੜੇ ਆ ਇਹ ਸਾਰੇ ਚੰਗੇ ਆ ਇਦਾਂ ਹੁੰਦੀ ਨਹੀਂ ਇੱਕ ਸਵਾਲ ਮੇਰੇ ਮਨ ਚ ਆਈ ਜਾਂਦਾ ਵੀ ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਕਿਸਾਨ ਜਦੋਂ ਜਹਦ ਦੀ ਗੱਲ ਕਰਦੇ ਹੋ ਹੁਣ ਤਾਂ ਫਿਰ ਹਿਸਟਰੀ ਹੋ ਰਿਪੀਟ ਹੋ ਰਹੀ ਹੈ ਬਸ ਮੌਜੂਦਾ ਹਾਲਾਤ ਜੇ ਦੇਖਦੇ ਆ ਜੋ ਕਿਸਾਨਾਂ ਨਾਲ ਹੁੰਦਾ ਰਿਹਾ ਪਹਿਲਾਂ ਵੀ ਉਨੇ ਤੁਹਾਨੂੰ ਲੱਗਦਾ ਨਹੀਂਗਾ ਕਿ ਜੇ ਤੁਸੀਂ ਹਿਸਟਰੀ ਦੇ ਪ੍ਰੋਫੈਸਰ ਹੋ ਕਿ ਹਿਸਟਰੀ ਰਿਪੀਟ ਹੋ ਰਹੀ ਹੈ ਦੇਖੋ ਹਿਸਟਰੀ ਹਿਸਟਰੀ ਦਾ ਵਿਕਾਸ ਵੀ ਹੁੰਦਾ ਹੈ ਇਸਦੀ ਰਿਪੀਟ ਵੀ ਹੁੰਦੀ ਹੈ ਇਹਦੇ 'ਚ ਕੋਈ ਗੱਲ ਨਹੀਂ ਹੈ ਜੀ ਬਾਕੀ ਆਪਾਂ ਜਿਹੜਾ ਹੈਗਾ ਇਹਨਾਂ ਪ੍ਰੋਗਰਾਮਾਂ ਵਿੱਚ ਕਰੰਟ ਮਸਲੇ ਦੇ ਉੱਤੇ ਗੱਲ ਤਾਂ ਘੱਟ ਕੀਤੀ ਕਰਦੇ ਨਹੀਂ ਹੈਗਾ ਜਾ ਕੇ ਬਾਕੀ ਜੇ ਉਦਾਂ ਮੈਂ ਤੁਹਾਨੂੰ ਕਹਾਂਗਾ ਉਹ ਤੁਹਾਡੀ ਗੱਲ ਠੀਕ ਹੈ ਠੀਕ ਠੀਕ ਜਿਹੜੀ ਹੋ ਰਹੀ ਹੈ ਹੋ ਇਹ ਰਿਹਾ ਬਹੁਤ ਕੁਝ ਮਿਲਦਾ ਜੁਲਦਾ ਹੈ ਬਹੁਤ ਕੁਝ ਮਿਲਦਾ ਜੁਲਦਾ ਹੈ ਜਾ ਕੇ ਉਹ ਜਿਹੜਾ 19ਵੀਂ ਸਦੀ ਦਾ ਸੰਘਰਸ਼ ਸੀਗਾ ਉਹ ਸੰਘਰਸ਼ ਦੇ ਨਾਲ ਨੀਰ ਰਿਸੈਂਬਲੈਂਸ ਬਹੁਤ ਰਿਸੈਂਬਲੈਂਸ ਹੈ ਔਰ ਬਹੁਤ ਕੁਝ ਉਦਦੇ ਚੱਲ ਰਿਹਾ ਜਦੋਂ ਚੱਲਦਾ ਹੁੰਦਾ ਸੀ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਸ਼ੁਕਰੀਆ ਥੈਂਕ ਯੂ ਇਸ ਦਾ ਮਸਾਹ ਜੂਰ ਹੈ ਰੈਡ ਐਫ ਐਮ